ਓਕੇ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੀ ਤੁਹਾਡਾ ਆਪਣਾ ਕੁਲੀ ਬੇਗਲ ਔਰ ਤੁਹਾਡਾ ਜੀ ਆਇਆਂ ਤੁਹਾਡਾ ਸਵਾਗਤ ਕਰਦੇ ਹਾਂ। ਕਿਉਂਕਿ ਕਾਫੀ ਚਿਰ ਹੋ ਗਿਆ ਸਾਨੂੰ ਇੰਟਰਵਿਊ ਲੈ ਨੂੰ, ਕਿਉਂਕਿ ਤੁਹਾਨੂੰ ਵੀ ਪਤਾ ਔਰ ਸਾਰੇ ਜਹਾਨ ਨੂੰ ਵੀ ਪਤਾ ਕਿ ਇੱਕ ਜਿਹੜਾ ਇਹ ਪੈਨਡੈਮਿਕ ਸਾਡੇ ਉੱਤੇ ਡਿੱਗਿਆ, ਜਿਹੜਾ ਕਰੋਨਾ ਵਾਇਰਸ ਆ, ਉਹਦੇ ਕਾਰਨ ਅਸੀਂ ਨਹੀਂ ਕੁਛ ਕਰ ਸਕੇ। ਪਰ ਅੱਜ ਤੁਹਾਡੇ ਵਾਸਤੇ ਅਸੀਂ ਖਾਸ ਇੱਕ ਇੰਟਰਵਿਊ ਲੈ ਕੇ ਆਏ ਹਾਂ। ਕਿੱਥੇ ਆ ਜੀ ਸਾਨੂੰ ਦੱਸਣਗੇ, ਕਿਉਂਕਿ ਮੇਰਾ ਨਾਂ ਕੁਲੀ ਬੇਗਲ ਆ ਅਤੇ ਮੇਰੇ ਨਾਲ ਦਾ ਬੰਦਾ ਉਹ ਭਾਜੀ ਹੈਲੋ ਡਿਸਟੈਂਸ ਮੈਨੂੰ ਵੀ ਚਾਂਸ ਦਊਗਾ। ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਨਾ, ਉਹ ਬੜੀ ਜ਼ਰੂਰੀ ਆ। ਉਹ ਮੈਨੂੰ ਪਤਾ, ਤੂੰ ਸਵਾਰੀ ਕਿ ਚੱਲਦਾ, ਮੈਂ ਇੱਥੇ ਠੀਕ ਆ। ਤੂੰ ਅੱਧਾ ਘੰਟਾ ਹੋ ਗਿਆ ਰੌਲਾ ਪਾਉਂਦੇ ਨੂੰ, ਆਪਣਾ ਤਾਂ ਇੰਟਰੋਡਕਸ਼ਨ ਕਰ ਲਿਆ, ਮੇਰਾ ਵੀ ਕਰ ਲੈਂਦੇ। ਪਾਲਾ ਪਾਲਾ ਤੂੰ ਵੀ ਉਹ ਲਾ, ਇਟਸ ਮੀ ਅਗੇਨ ਐਂਡ ਹਿਮ, ਮੈਂ ਵੀ ਨਾਲ, ਆਮ ਵੇ ਬੈਕ। ਇਹ ਇਹਨੂੰ ਵੀ ਨਾਲ ਲਿਆਂਦਾ। ਲਾਕੀ ਸੇਜ਼ social distancing thoda jaha rakhna pena, tenu pata in these times like this. I hope you guys are all well and healthy, all your family's good and you abide by the rules as like me, we are dekh la main 1.5 meter. What are we doing here today? Okay, today we've got a very very special guest for you. Pehle das kithe apa thala, where are we today? Ni tu ke, what are we doing here today? No, pehle tere muh ch apne tere spelling phas jande, tenu aap nahi pata lagda main ki keh raha, lekin ajj assi we've got to say a big big massive thank you to Sada Sarbjit Chauhan, jada you can see behind us is the Vine in Dartmouth Street, West Bromwich, a fantastic establishment, wonderful drinking hall. You must try it 7 days a week when the pubs are open, but for now we're using it for our next shoot, which is with Paji, who apna local munda ya thodi da istemal gaya si, main mehnatan vi odiyan karniyan peniyan, ha fir je tu na hatya fir ਤੈਨੂੰ ਦਫਾ ਹੋ ਜਾ ਵੀ ਕਹਿਣਾ ਪੈਣਾ। ਦਫਾ ਹੋ ਜਾ, ਸਹੀ ਗੱਲ ਹੈ, ਤੂੰ ਦਫਾ ਫਿਰ ਤੈਨੂੰ ਹੋਣਾ ਪਿਆ। ਅੱਛਾ, ਉਹ ਇੱਕ ਹੀ ਬੰਦਾ ਹੋ ਸਕਦਾ ਜਿਹੜਾ ਮਿੰਤਾ ਵੀ ਕਰਦਾ, ਦਫਾ ਵੀ ਹੁੰਦਾ ਆ, ਐਂਡ ਇਟਸ ਦ ਵਨ ਐਂਡ ਓਨਲੀ ਮਿਸਟਰ ਫੌਜੀ ਗਿੱਲ। ਮਹਿਮਾਨ ਅੱਜ ਬਹੁਤ ਹੀ ਖਾਸ ਗੈਸਟ ਹੈ, ਨੀਗਾ ਘਰ ਦਾ ਬੰਦਾ, ਘਰ ਦਾ ਆ, ਤੇਰੀ ਗੈਰੀ ਚ ਰਹਿੰਦਾ, ਇੱਕ ਦੋ ਰਾਤਾਂ ਰਿਹਾ ਵੀ ਆ। ਅੱਛਾ, ਇਹ ਨਾ ਪੁੱਛੀ ਕੀਤਾ ਕੀ ਸੀਗਾ, ਨਹੀਂ ਪੁੱਛਣਾ ਨੀ, ਇਮੈਜੀਨੇਸ਼ਨ ਹੀ ਸਾਡੀ ਇੱਦਾਂ ਦੀ ਆ। ਸੋ ਵਨਸ ਅਗੇਨ ਜੀ, ਇਹ ਫੌਜੀ ਵੀਰੇ, ਸਤਿ ਸ੍ਰੀ ਅਕਾਲ ਮੇਰਾ ਭਰਾ, ਥੈਂਕ ਯੂ ਸੋ ਮਚ, ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ। ਨਹੀਂ ਯਾਰ, ਓਲੇ ਯੇ ਲਾਤਵੀ ਮਲਾਈ ਫਿਰ ਜੇ ਲੈ ਲੈ ਪਾਣ ਯੇ ਹੋਰ ਨਾ ਕੁਛ ਮਲਾਈ, ਇੱਥੇ ਬ੍ਰੇਕਾਂ ਲਾ ਦੇ, ਹੋਰ ਨਹੀਂ ਮਲਾਉਣਾ ਆਪਾਂ। ਬੜੀ ਦੁਨੀਆ ਦੇਖੀ ਜਿਹੜੀ ਵਾਟਰ ਪ੍ਰੂਫ ਆ, ਪਰ ਇਹ ਸਮੁੰਦਰ ਪ੍ਰੂਫ ਹੈ। ਓਕੇ, ਹੈ ਨਾ, ਇਹ ਤੋਂ ਜ਼ਿਆਦਾ ਹੁਣ ਮੈਂ ਕੁਛ ਨਹੀਂ ਕਹਿ ਸਕਦਾ। ਸੋ ਸਭ ਤੋਂ ਪਹਿਲਾਂ ਇੱਕ ਸਵਾਲ ਮੈਂ ਪੁੱਛਣਾ ਤੈਨੂੰ ਬਿਫੋਰ ਹੀ ਬਟ ਸੇ, ਫੌਜੀ ਗੱਲ ਤਾਂ ਤੇਰਾ ਹੈਗਾ ਨਾਂ ਜਿਹੜਾ, ਯਾਨੀ ਕਿ ਇੱਕ ਸਟੇਜ ਨਾਂ ਤੇਰਾ, ਅਸਲ 'ਚ ਤੇਰਾ ਕੀ ਨਾਂ ਹੈ? ਇਫ ਆਈ ਟੈਲ ਯੂ, ਜਿਹੜਾ ਫੌਜੀ ਐਕਚੁਲੀ ਮੇਰਾ ਛੋਟੇ ਹੁੰਦੇ ਤੋਂ ਨਾਂ ਆਇਆ ਮੇਰਾ ਫੌਜੀ, ਅਸਲ ਵਿੱਚ ਪਾਸਪੋਰਟ ਦੇ ਅਤੇ ਉਹਨਾਂ ਦਾ ਸੀ ਡਰਾਈਵਿੰਗ ਲਾਇਸੈਂਸ ਅਤੇ ਮਨਜੀਤ ਆ, ਬਟ ਜਦੋਂ ਮੈਂ ਛੋਟਾ ਸੀ, ਬੇਬੀ ਸੀ, ਯੂ ਇਨ ਦੀ ਆਰਮੀ? ਨਾ ਨਾ ਨਾ, ਮੇਰੀ ਸ਼ਕਲ ਮਿਲਦੀ ਸੀ ਵਿਦ ਮਾਈ ਮਮਸ ਨਾਨਾ ਬਾਈ ਸੀ, ਠੀਕ ਹੈ, ਓਕੇ, ਤੇ ਕਿਸਨੇ ਕਹਿਤਾ ਉਹ ਐਕਚੁਅਲੀ ਫੌਜੀ ਹੋ, ਉਹ ਫੌਜੀ ਸੀਗਾ, ਠੀਕ ਹੈ, ਤੇ ਕਿਸਨੇ ਕਹਿਤਾ ਦੀ ਸ਼ਕਲ ਫੌਜੀ ਨਾਲ ਮਿਲਦੀ ਹੈ, ਠੀਕ ਹੈ, ਉੱਥੇ ਮੇਰਾ ਨਾਂ ਪੱਕ ਗਿਆ ਫੌਜੀ, ਫਿਰ ਮਤਲਬ ਨਾਂ ਤੇਰਾ ਫੌਜੀ ਤੇ ਉਹਦਾ ਨਾਂ ਤੇਰਾ ਮਨਜੀਤ, ਪਰ ਸਾਰੇ ਮੈਨੂੰ ਸਿਰਫ ਪੁਲਿਸ ਤੇ ਮੇਰੇ ਟੀਚਰ ਹੀ ਮਨਜੀਤ ਕਹਿੰਦੇ ਸੀ, ਕੋਈ ਨਹੀਂ, ਕੋਈ ਵੀ ਕਹਿੰਦਾ ਪੁਲਿਸ, ਹੋਰ ਕੋਈ ਨਹੀਂ ਕਹਿੰਦਾ ਮੈਨੂੰ ਮਨਜੀਤ। ਦੇਖੋ ਜੀ, ਜਿਹੜਾ ਜਿਹੜਾ ਮਨਜੀਤ ਹੁੰਦਾ ਮਤਲਬ ਮਨ ਨੂੰ ਜਿੱਤਣਾ, ਜੱਗ ਨੂੰ ਜਿੱਤਣਾ, ਔਰ ਉਹ ਤੁਸੀਂ ਜਿੱਤਿਆ। ਭਾਈ ਪਹਿਲਾਂ ਆਪਾਂ ਥੋੜ੍ਹਾ ਜਿਹਾ ਕਰ ਲਈਏ, ਬੇਰ ਲਾਉਣੀ ਕਿ ਗਲਾਸ ਲਾਉਣੀ ਆ? ਨਹੀਂ ਮੈਂ ਬੇਰ ਬਿਲ ਲਾ ਲੈ ਤੇਲੀ, ਹੇਜ਼ ਵਨ ਆ ਮਾਈ ਡੈਲੀਆ, ਇਹ ਹੈਡਸ ਬਿਟ ਡਾਊਨ, ਯੂ ਨੋਰਮਲੀ ਗਿਵ ਅ ਗੁੱਡ ਹੈਡ, ਆਈ ਨੋ ਨੋਰਮਲੀ ਡੂ,
ਬਟ ਵਿਦ ਕਰੋਨਾ ਵਾਇਰਸ ਤੈਨੂੰ ਪਤਾ ਅੱਛਾ ਤਾਂ ਹੀ ਤਾਂ ਸੋਸ਼ਲ ਡਿਸਟੈਂਸਿੰਗ ਠੀਕ ਹੈ ਠੀਕ ਹੈ ਫਿਰ ਹੈਡ ਹੁੱਡ ਨਹੀਂ ਹੁੰਦਾ ਨਾਲੇ ਜੀ ਨੀਤ ਨੂੰ ਮਰਾਦਾ ਜਿੱਦਾਂ ਦੀ ਨੀਤ ਉਹ ਤਾਂ ਹੈਡ ਦੇਣਾ ਜੇ ਮੇਰਾ ਭਰ ਰਿਹਾ ਦੇਖਦਾ ਨਾ ਉਹ ਵਾੜੇ ਖਾਣਾ ਸੀ ਹੈਡ ਨੇ ਪਰ ਚਲੋ ਉਹ ਵੱਖਰੀ ਗੱਲ ਹੈ ਚੰਗੀ ਤਰ੍ਹਾਂ ਹੈਡ ਦਿੰਦੇ ਚੰਗੀ ਤਰ੍ਹਾਂ ਮਰਾ ਉਦਾਂ ਅਸੀਂ ਤਾਂ ਇਦਾਂ ਦਾ ਹੈਡ ਦੇਈਦਾ ਨਾ ਦੁਨੀਆ ਘਰ ਲੱਗ ਵੀ ਚੇਤੇ ਕਰੋ ਉੱਥੇ ਹੈਡ ਹੈਡ ਚੇਤੇ ਕਰਦੇ ਸਭ ਉਦਾਂ ਬਾਅਦ ਨੂੰ ਬੜਾ ਬੜਾ ਕੇ ਉੱਠੂ ਵੀ ਮੈਂ ਹੈਡ ਦੇ ਕੇ ਆਇਆ ਉੱਥੇ ਛੋਟੀ ਲਾਉਂਗਾ ਨਾਲ ਨਾ ਗੱਲ ਆਪਣੀ ਨਾਂ ਦਾ ਪਤਾ ਲੱਗ ਗਿਆ ਨਾ ਪਤਾ ਲੱਗ ਗਿਆ ਹੁਣ ਥੋੜਾ ਸ਼ੁਰੂ ਤੇਰਾ ਸਿੰਗਿੰਗ ਨਾਲ ਗਾਇਕੀ ਆਪਾਂ ਗਾਇਕੀ ਤੁਰਨਾ ਆਪਾਂ ਕਹਿੰਦਾ ਗਾਇਕੀ ਨਾਲ ਤੁਰਨਾ ਆਈਸ ਆਈਸ ਪਹਿਲਾ ਸਿੰਗਲ ਕੀਤਾ ਸੀ ਐਕਚੁਅਲੀ ਬੋਂਦਲ ਗਏ 2009 ਦੇ ਠੀਕ ਆ ਨਵੰਬਰ ਟਾਈਮ 2009 ਪਰ ਜੋ ਮਨ ਦੇ ਵਿੱਚ ਆਸ ਸੀ ਕਿ ਮੈਂ ਸਿੰਗਿੰਗ ਕਰਨੀ ਆ ਕੁਝ ਗਾਣੇ ਲਿਖੇ ਵਾ ਠੀਕ ਆ ਉਹ 2001 ਤੁਸੀਂ ਕਹਿ ਸਕਦੇ ਆ ਠੀਕ ਆ ਉਸ ਟਾਈਮ ਮੇਰੀ ਇੱਕ ਕੰਪਨੀ ਦੇ ਨਾਲ ਗੱਲ ਵੀ ਹੋਈ ਸੀ ਉਹਨਾਂ ਨੇ ਕੁਝ ਗਾਣੇ ਵੀ ਮੈਂ ਡੈਮੋ ਜਿੱਦਾਂ ਰਿਕਾਰਡ ਕੀਤੇ ਹੋਏ ਸੀ ਰਾਈਟ ਐਂਡ ਉਹ ਥੋੜ੍ਹੇ ਜਿਹੇ ਜਿੱਦਾਂ ਆਪਣੇ ਆਪ ਨੂੰ ਗੈਂਗਸਟਰ ਮੈਨੂੰ ਘਰ ਜਾ ਕੇ ਘਰ ਵਾਲੇ ਨੂੰ ਇਹਦੇ ਵਿੱਚ ਵੀ ਕਰਾ ਗਿਆ ਮੇਰੀ ਵੀ ਜੀਭ ਖੁੱਲ ਜਾਣੀ ਆ ਯੈਸ ਅੱਛਾ ਉਹਨਾਂ ਦੇ ਵਿੱਚ ਉਹਨਾਂ ਦੇ ਸ਼ਿਕੰਜੇ ਨੂੰ ਨਿਕਲ ਗਏ ਮੈਨੂੰ ਘਰ ਜਾ ਕੇ ਗੱਲਬਾਤ ਕਰ ਲਈ ਬਿਕਾਜ਼ ਨਹੀਂ ਨਹੀਂ ਜੇ ਤੂੰ ਕਰਨਾ ਹੁਣ ਤੇ ਇੱਥੇ ਜੇ ਤੂੰ ਚੱਲ ਗਿਆ ਮੁੜ ਕੇ ਅਸੀਂ ਕੰਟੈਂਟ ਹੀ ਤੇਰੇ ਸਾਹਮਣੇ ਰੱਖਣਾ ਠੀਕ ਆ ਮੈਂ ਕਿਹਾ ਓਕੇ ਤੇ ਮੁੜ ਫਿਰ ਕਹਿੰਦਾ ਜੇ ਤੂੰ ਹੋਰ ਪਾਸੇ ਗਿਆ ਵੀ ਹਾਂ ਅਸੀਂ ਸਭ ਤੋਂ ਵੱਡੇ ਆ ਸਾਨੂੰ ਕੋਈ ਨਹੀਂ ਕੁਛ ਕਹਿ ਸਕਦਾ ਅਸੀਂ ਤੈਨੂੰ ਚਾੜਨ ਦੇਣਾ ਮੈਂ ਕਿਹਾ ਅੱਛਾ ਠੀਕ ਮੈਂ ਉਂਗਲੀ ਖੜ ਕੇ ਆ ਗਿਆ ਬਾਹਰ ਮੀਟਿੰਗ 'ਚ ਓਕੇ ਉਹ 2001 ਦੀ ਗੱਲ ਆ ਤੇ ਉਨੇ ਟਾਈਮ ਦੇ ਵਿੱਚ ਜਿੱਦਾਂ ਯੂ ਹੈਵ ਪੀਪਲ ਸੇ ਥਿੰਗਸ ਹੈਪਨ ਫੋਰ ਅ ਰੀਜ਼ਨ ਫੋਰ ਅ ਰੀਜ਼ਨ ਯਾ ਐਵਰੀਥਿੰਗ ਹੈਪਨਸ ਫੋਰ ਅ ਰੀਜ਼ਨ ਯਾ ਮੈਂ ਥੋੜ੍ਹੀ ਜਿਹਾ ਲੁਕਿੰਗ ਬੈਕ ਆਮ ਹੈਪੀ ਕਿ ਉਸ ਟਾਈਮ ਨਹੀਂ ਕੁਛ ਮੈਂ ਰਿਲੀਜ਼ ਕੀਤਾ ਠੀਕ ਹੈ ਕਿਉਂਕਿ ਮੈਂ ਐਕਚੁਅਲੀ ਮੈਂ ਉਸ ਟਾਈਮ ਸਹੀ ਮੈਂ ਸਿੱਖਿਆ ਨਹੀਂ ਸੀ ਰੈਡੀ ਵੀ ਨਹੀਂ ਸੀਗਾ ਮਤਲਬ ਯਾ ਮੈਂ ਆਪਣੇ ਹਿਸਾਬ ਨਾਲ ਰੈਡੀ ਨਹੀਂ ਸੀ ਹੁਣ ਜਦ ਮੈਂ ਆਪਣੀ ਚੀਜ਼ ਪੁਰਾਣੀ ਆ ਸੁਣਦਾ ਆ ਆਈ ਕ੍ਰਿੰਜ ਮਾਈਸੈਲਫ ਯਾ ਬਟ ਯੂ ਨੋ ਜਿਹੜੀ ਹੱਥੋਂ ਗੱਲ ਕੀਤੀ ਆ ਦੈਟਸ ਵਿਦ ਐਵਰੀਬਾਡੀ ਆਈ ਥਿੰਕ ਬਾਕੀ ਜਿਹੜੇ ਸਿੰਗਰ ਸੁਣ ਲਓ ਈਵਨ ਲਾਈਕ ਗੁਰਦਾਸ ਮਾਨ ਲੈਵਲ ਜਿੰਨੇ ਵੀ ਆ ਇਫ ਯੂ ਲੁੱਕ ਐਟ ਦਿਸ ਸਟਫ ਜਿਹਨਾਂ ਨੇ ਅਰਲੀ ਕੀਤਾ ਆ ਬਹੁਤ ਫਰਕ ਹੈ ਇਟਸ ਐਨ ਇੰਪਰੂਵਮੈਂਟ ਯਾ ਇਟਸ ਇਟਸ ਵਿਦ ਐਵਰੀਬਾਡੀ ਆਬਵੀਅਸਲੀ ਵਿਦ ਏਜ ਐਂਡ ਵਿਦ ਆਬਵੀਅਸਲੀ ਬਟ ਮੈਂ ਆਈ ਡਿਡਨਟ ਲਰਨ ਨਥਿੰਗ ਮੈਂ ਲਿਖਦਾ ਸੀ ਆਪਣੇ ਗੀਤ ਤੇ ਆਪਣੇ ਸ਼ੌਂਕ ਨਾਲ ਵੈਸੇ ਗਾਉਂਦਾ ਸੀ ਮੈਂ ਗਾਇਕੀ ਜੋ ਕੁਛ ਗਾਇਕੀ ਸਿੱਖੀ ਨਹੀਂ ਨਾ ਓਕੇ ਫਿਰ ਉਹਨੇ ਟਾਈਮ ਦੇ ਵਿੱਚ ਫਿਰ ਮੈਂ ਸੁਨੀਤ ਵਾਲ ਹੁਣੀ ਉਹ ਵਹਿਮਟ ਰਹਿੰਦੇ ਆ ਠੀਕ ਹੈ ਉਹਨਾਂ ਤੋਂ ਸਿੱਖਿਆ ਜਾ ਕੇ ਓਕੇ ਹੀ ਇਜ਼ ਦ ਸੇਮ ਵਿਦ ਗੌਲਡਨ ਸਟਾਰ ਹੀ ਡਿਡ ਗੌਲਡਨ ਸਟਾਰ ਕੁਆਲੀ ਕੁਲੀ ਬਹੁਤ ਗੰਦਾ ਹੁੰਦਾ ਸੋਨੀ ਰੋਡ ਦੱਸ ਰਿਹਾ ਹੈ ਫਿਰ ਇੱਕ ਗੋਰੀ ਸੀ ਕੁਸ ਦ ਫਨੀ ਥਿੰਗ ਇਜ਼ ਆਲਸੋ ਯੂ ਸਟੋਰੀ ਹੈ ਨਾ ਸੋਨੀ ਪਾਜੀ ਮੈਂ ਇੱਕ ਟਾਈਮ ਸ਼ਿਨ ਪਾਜੀ ਕੋ ਵੀ ਗਿਆ ਸੀ ਫਰਮ DCS ਠੀਕ ਹੈ ਕਹਿੰਦਾ ਫਜੀ ਟੱਟ ਚੁਗਾ ਮਾਈ ਮੇਰੀ ਸੋਚ ਵੀ ਇਹੀ ਸੀ ਧੁੰਨੀ ਦੇ ਬੋਲੇ ਹੁੰਦੇ ਆ ਸੋਨੀ ਉੱਥੇ ਬੋਲਿਆ ਮੈਂ ਉਹ ਲੱਭਦਾ ਅੱਛਾ ਸੋਨੀ ਪਾਜੀ ਭਾਈ ਟੱਟ ਚੁਗਾ ਹਾਂ ਮੈਂ ਸੋਚਿਆ ਮੈਂ ਹੈ ਕਹਿੰਦੇ ਕੀ ਹੋ ਸੱਚੀ ਮੈਨੂੰ ਪਤਾ ਹੀ ਲੱਗਦਾ ਨਾ ਦੈਨ ਹੌਲੀ ਹੌਲੀ ਜਦੋਂ ਮੈਂ ਰਿਕਾਰਡਿੰਗ ਕਰਨ ਲੱਗਾ ਸਟੂਡੀਓ 'ਚ ਗਿਆ ਅਤੇ ਇੱਕ ਅੱਧੇ ਸੁਰ ਜਿਹੜੇ ਉੱਚੇ ਸੁਰ ਸੀ ਨਾ ਜਿਹੜਾ ਗੋਰਾ ਸੀ ਸਟੂਡੀਓ ਦੇ ਵਿੱਚ ਉਹ ਕਹਿੰਦਾ ਹੈਵ ਸਮ ਵੋਕਲ ਕੋਚਿੰਗ ਰਾਈਟ ਦੈਟ ਵਿਲ ਹੈਲਪ ਯੂ ਠੀਕ ਅਤੇ ਮੈਂ ਇੱਕ ਗੋਰੀ ਉਹਦੇ ਨਾਲ ਡੋਨ ਆ ਨਾ ਉਹਦੇ ਕੋਲ ਗਿਆ ਫੋਰ ਵੋਕਲ ਕੋਚਿੰਗ ਠੀਕ ਅਤੇ ਉਹਨ ਫਿਰ ਸਮਝਾਇਆ ਕਿੱਥੋਂ ਸਾਹ ਲਈਦਾ ਰਾਈਟ ਹੈਡ ਵੋਇਸ ਕੀ ਹੁੰਦੀ ਆ ਚੈਸਟ ਵੋਇਸ ਕੀ ਹੁੰਦੀ ਓਕੇ ਐਂਡ ਆਲ ਦਿਸ ਮੇਕਸ ਅ ਮੇਜਰ ਡਿਫਰੈਂਸ ਜਦੋਂ ਤੁਸੀਂ ਗਾਉਂਦੇ ਆ ਔਨ ਯੂਰ ਰੀਪ੍ਰੋਡਕਸ਼ਨ
to the sound you come out, how your voice comes out, and how you project your voice. Right. And, you know, कई बंदे जिधे होन कहने आके I'm self-taught. On, I've got friends to लिए है ना जब मुंडा को ये देना तेरे तो लिए I'm self-taught. Yeah. Self-taught से तो चाल आ गई, ठीक है, लुड़ी आ गई. Mm-hmm. But के होन तिल्ली फाड़न दा तरीका हो रहा है. कई लोग कने दफड़ी होंदी. ठीक है. ना? So same with singing. You can sing. ठीक है, थोड़े सर्वियन सेट हो सकते हैं, बट जिहड़ी ओ चीज जिथों साह लेना, कितों आवाज कढ़नी है, कितों नहीं कढ़नी, I learned that in that time. फिर 2009 दे विच मैं पहला गीत कढ़िया सी बोंदल के. ठीक है, जिहड़ी गल जस्ट कमिंग बैक टू, जिहड़ी तू गल कहिंदा तू सोनी टवाल तो सिखिया, इट्स फनी, जस्ट लेटली आई बी लिसनिंग टू हिज एल्बम कॉल्ड लिसन अप. ओके, ओहदे च गाना किकरां वी टप्पिया, बेरियां वी टप्पिया, ओहदे च क्वाली वी आ, एब्सोल्युटली ब्रिलियंट एल्बम. आई हैव जस्ट बीन लिसनिंग टू दैट द लास्ट 2-3 वीक्स, दैट्स द एल्बम आई हैव बीन लिसनिंग टू. सीरियसली? या आई डोंट हैव, आई जस्ट डग इट आउट, कम फेल अक्रॉस. You know what they say, God works in mysterious ways. Yeah. Like, you was going to mention it. Yeah. It was meant to be. There you go. Yeah. Wi-Fi, high five, tell Wi-Fi. I'm missing it. If you have any permission, you can do it. Do it. So, what put you on the map? Which song put you on the map? There's only one song. You asked, you're going to do it? No, no. No, no. ਇਹਨੇ ਇਹਦਾ 2 ਮਿੰਟ ਹੀ ਤੈਨੂੰ ਇਹ ਕਹਿਣਾ ਆ, ਮੈਂ ਤੇਰਾ ਬਹੁਤ ਵੱਡਾ ਫੈਨ ਆ, ਇਹਦਾ ਤਕੀਆ ਕਲਾਮ ਆ, ਮਿਕਸ ਵੀ ਉਹਦਾ ਤਕੀਆ ਕਲਾਮ. ਨਹੀਂ, ਜਦੋਂ ਮੇਰੀ ਗੈਰੇਜ 'ਚ ਮੇਰੇ ਨਾਲ ਸੁੱਤਾ ਸੀਗਾ, ਉਦੋਂ ਮੈਂ ਦੱਸਿਆ ਸੀ ਕਿੰਨਾ ਫੈਨ ਹੈ. ਉਦੋਂ ਤਾਂ ਮੈਂ ਦੋਵੇਂ ਪੱਖਿਆਂ ਨੂੰ ਘੁੰਮੇ ਹੋਣੇ ਤੁਸੀਂ. ਅੱਛਾ ਚਲੋ, ਇਹ ਘੁੰਮਣ ਕਿਹੜੀਆਂ ਇੱਦਾਂ ਦੀਆਂ ਹੁੰਦੀਆਂ, ਹੋ ਜਾਂਦਾ ਵੱਡਿਆਂ ਵੱਡਿਆਂ ਸ਼ਹਿਰਾਂ 'ਚ ਛੋਟੀਆਂ ਛੋਟੀਆਂ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ. ਮੇਰੀ ਗੈਰੇਜ ਬਹੁਤ ਛੋਟੀ ਹੈ, ਮੇਰੀ ਗੈਰੇਜ ਬਹੁਤ ਛੋਟੀ. ਉੱਥੇ ਸੋਸ਼ਲ ਡਿਸਟੈਂਸਿੰਗ ਮਾਮਾ ਕਿੱਥੇ ਗਈ ਫਿਰ? ਉਹਦਾ ਕੋਰੋਨਾ ਹੈ ਨਹੀਂ ਸੀ. ਅੱਛਾ ਅੱਛਾ ਅੱਛਾ, ਉਹਦਾ ਹੈ ਨਹੀਂ ਸੀ. ਅੱਛਾ, ਹਾਂਜੀ, ਦ ਸੌਂਗ ਪੁੱਟ ਮੀ ਔਨ ਦ ਮੈਪ ਵਾਸ ਦਫਾ ਹੋ ਜਾ ਵਿਦ ਮਿਸ ਪੂਜਾ. ਚੰਗਾ ਬੱਚਾ. ਅੱਛਾ ਅੱਛਾ, ਮੈਂ ਕਹਿ ਰਿਹਾ ਕਿ ਸੁਣਾ ਰਿਹਾ. ਅੱਛਾ, ਉਹ ਮੈਂ ਕੱਢਿਆ ਸੀ ਫੈਬਰੀ 2010 ਦੇ ਵਿੱਚ. ਓਕੇ, ਐਂਡ ਉਹਦੀ ਵੀ ਸਟੋਰੀ ਮੈਂ ਹੁਣ, ਜੇ ਸੰਧੂ ਭਾਣੀ ਸਾਡੇ ਪ੍ਰੋਮੋਟਰ ਸਾਹਿਬ ਫਰੋਮ ਵੂਲਵਰਹੈਂਪਟਨ, ਉਹਨਾਂ ਨੂੰ ਮੈਂ ਕੰਟੈਕਟ ਕੀਤਾ ਸੀ ਅਤੇ ਮੈਂ ਕਿਹਾ ਭਾਅ ਜੀ ਇੱਦਾਂ ਇੱਦਾਂ ਮੈਂ ਡਿਊਟ ਕਰਨਾ ਹੈ, ਅਤੇ ਮੈਂ ਕਿਸੇ ਨੇ ਜਸਟ ਰੂਮ ਸੀ ਉਸ ਟਾਈਮ ਕਿ ਮਿਸ ਪੂਜਾ ਨੇ UK ਨੂੰ ਆਉਣਾ. ਠੀਕ ਹੈ, ਦਿਸ ਇਜ਼ 2009 ਦੀ ਗੱਲ ਹੈ ਨਾ, ਅਤੇ ਮੈਂ ਕਿਹਾ ਓਕੇ. ਉਹ ਕਹਿੰਦਾ ਠੀਕ ਹੈ, ਕਹਿੰਦਾ ਹਾਂ ਆਉਣਾ ਤਾਂ ਹੈਗਾ ਆ, ਸ਼ਾਇਦ 1-2 ਮਹੀਨੇ 'ਤੇ ਆਵੇ. ਠੀਕ, ਮੈਂ ਠੀਕ ਹੈ, ਮੈਂ ਭਾਅ ਜੀ ਮੈਂ ਗੀਤ ਕਰਨਾ. ਕਹਿੰਦਾ ਹੋ ਜੂਗਾ, ਪ੍ਰਾਈਸ ਵੀ ਇਹਨੂੰ ਦੱਸਤੀ, ਮੈਂ ਡੇਟ ਵੀ ਸੈੱਟ ਕਰ ਲਈ ਸਟੂਡੀਓ ਦੀ. ਤੁਸੀਂ ਹੁਣ ਕਰਦੇ ਸੀ ਹਰਬੰਸ ਭਾਅ ਜੀ ਦੀ ਗੱਲਾਂ, ਫਿਰ ਆਜ਼ਾਦ ਉਹਨਾਂ ਦਾ ਸਟੂਡੀਓ, ਉੱਥੇ ਜਾ ਕੇ ਅਸੀਂ ਵੋਕਲ ਰਿਕਾਰਡ ਕਰਨੀ ਸੀ, ਉੱਥੇ ਮੈਂ ਸਟੂਡੀਓ ਵੀ ਬੁੱਕ ਕਰ ਲਿਆ. ਅੱਛਾ, ਐਂਡ ਹਲੇ ਤੱਕ ਉਸ ਟਾਈਮ ਤੱਕ ਮੈਂ ਗੀਤ ਨਹੀਂ ਲਿਖਿਆ ਸੀ. ਯਾਨ ਬੁੱਕ ਸਾਰਾ ਕੀਤਾ, ਪਰ ਗਾਣਾ ਜਿਹੜਾ ਗਾਉਣਾ ਸੀ ਮਿਸ ਪੂਜਾ ਦੇ ਨਾਲ, 2 ਮਹੀਨੇ ਪਏ ਸੀ, ਮੈਂ ਚੱਲ ਲਿਖ ਲੂਗੇ ਹੌਲੀ ਹੌਲੀ. ਕਿਹੜੀ ਕਾਲੀ ਆ, ਪੰਜਾਬੀ ਤਰੀਕਾ. ਹੁਣ ਜਿੱਦਾਂ ਕਈ ਵਾਰੀ ਹੁੰਦਾ ਆਈਡੀਆ ਰੀਡ ਲਿਖੇ ਹੁੰਦੇ, ਹੁਣ ਜਿੱਦਾਂ ਐਕਚੁਅਲੀ ਓਰੀਜਨਲ ਜਿਹੜੀ ਲਾਈਨਿੰਗ ਸੀ, ਹੁਣ ਮੈਂ ਗਾਉਂਦਾ ਤੈਨੂੰ ਮੇਰੇ ਜਿਹਾ ਗੱਭਰੂ ਕਿਤੋਂ ਨਹੀਂ ਲੱਭਣਾ, ਜਾ ਕੇ ਦੇਖ ਲੈ, ਪਾ ਰੱਖ ਕੇ ਦੇਖ ਲੈ. ਪਤਾ ਕੀ ਆ, ਇਹਦਾ 27 ਅੰਤਰ ਹੋਏ ਬਈ, ਕੀ ਆ ਓਕੇ, ਥੋੜੀ ਲੋਕਾਂ ਦੀ ਮੈਮਰੀ ਫਰੈਸ਼ ਕਰਦੀ ਹੈ. 27 ਅੰਤਰ ਹੋਏ, ਤੈਨੂੰ ਮੇਰੇ ਜਿਹਾ ਗੱਭਰੂ ਕਿਤੋਂ ਨਹੀਂ ਲੱਭਣਾ, ਤੂੰ ਭਾਵੇਂ ਦੇਖ ਲੈ ਪਰਖ ਕੇ ਵੇਖ ਲੈ, 6 ਫੁੱਟੀਆਂ ਜਵਾਨ ਮੇਰਾ ਜੋਰ ਹੈ ਤੂਫਾਨ, 6 ਫੁੱਟੀਆਂ ਜਵਾਨ ਮੇਰਾ ਜੋਰ ਹੈ ਤੂਫਾਨ, ਆ ਜਾ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਲੈ, ਤੈਨੂੰ ਮੇਰੇ ਜਿਹਾ ਗੱਭਰੂ ਕਿਤੋਂ ਨਹੀਂ ਲੱਭਣਾ, ਤੂੰ ਭਾਵੇਂ ਦੇਖ ਲੈ ਪਰਖ ਕੇ ਤੂੰ ਦੇਖ ਲੈ. ਤੇ ਪਰ ਉਸ ਟਾਈਮ ਤੇ ਹੈ ਨਾ, ਜਿਹੜਾ ਮੈਂ ਗੀਤ ਲਿਖਿਆ ਸੀ, ਈਵਨ ਜੋ ਫੀਮੇਲ ਬੁੱਕ ਸੀ ਉਹ ਮੋਰਿਓ ਕਹਿੰਦੀ ਸੀ ਕਿ ਤੈਨੂੰ ਮੇਰੇ ਜੀ ਕੁੜੀ ਵੀ ਕਿਤੋਂ ਨਹੀਂ ਲੱਭਣੀ, ਤੂੰ ਵੀ ਦੇਖ ਲੈ ਪਰਖ ਕੇ ਦੇਖ ਲੈ. ਓਰੀਜਨਲ ਬੋਲ ਐਕਚੁਅਲੀ ਇਹ ਸੀ, ਠੀਕ ਹੈ ਨਾ, ਪਰ ਆਈਡੀ ਉਡੀ ਲਿਖਿਓ ਸੀ. ਤੇ ਹਫ਼ਤਾ ਕੁ ਪਹਿਲਾਂ ਮੈਂ ਸੋਚਿਆ ਯਾਰ ਹੁਣ ਆ ਜਾਣਾ ਆ, ਮੈਂ ਗੀਤ ਵੀ ਨਹੀਂ ਚੰਗੀ ਤਰ੍ਹਾਂ ਲਿਖਿਆ, ਸੋ ਮੈਂ ਥੋੜ੍ਹਾ ਦਿਮਾਗ ਲਾਇਆ, ਗੀਤ ਲਿਖਿਆ. ਅਤੇ ਉਹ ਜਦੋਂ ਲੈਂਡ ਹੋਏ ਨਾ, ਦੂਜੇ ਦਿਨ ਮੈਂ ਫੋਨ ਕਰਤਾ ਸੰਧੂ ਜੀ ਨੂੰ, ਮੈਂ ਕਿਹਾ ਭਾਅ ਜੀ ਕਿੱਦਾਂ ਰੈਡੀ? ਕਹਿੰਦਾ ਹਾਂ ਰੈਡੀ. ਕਹਿੰਦਾ ਪੂਜਾ ਮੇਰੇ ਕੋਲ ਆ, ਗੱਲ ਕਰ ਲਾ. ਮੈਂ ਕਿਹਾ ਹੈ? ਕਹਿੰਦੀ ਹੈਲੋ. ਮੈਂ ਕਿਹਾ ਪਹਿਲਾਂ ਬਾਜ ਹੀ ਨਹੀਂ ਪੂਜਾ. ਓਕੇ, ਕਹਿੰਦੇ ਹਾਂ ਮੜ ਜਾ, ਜਿਹੜਾ ਗੀਤ ਕਰਨਾ ਸੀ ਕੱਲ੍ਹ ਨੂੰ ਰਿਕਾਰਡ, ਮੜ ਜਾ ਸੁਣਾ. ਠੀਕ ਆ, ਉਸ ਟਾਈਮ 'ਤੇ ਮੈਂ ਤੇਰੇ ਜੇ ਅਤੇ ਮੈਨੂੰ ਤੇਰੇ ਜਿਹਾ ਗੱਭਰੂ ਤਾਂ ਲੱਗ ਪਏ, ਦਫ਼ਾ ਹੋ ਜਾ ਮੇਰੇ ਪਿੱਛੇ ਮੜ ਜਾ ਨਾ. ਉਸ ਟਾਈਮ 'ਤੇ ਮੈਂ ਉਹ ਲੱਗਦਾ ਸੀ, ਜਦੋਂ ਮੈਂ ਕਹਿਤਾ ਦਫ਼ਾ ਹੋ ਜਾ, ਕਹਿੰਦੀ ਹੈ? ਮੈਂ ਕਿਹਾ ਕੀ ਗੱਲ ਹੋਈ? ਕਹਿੰਦੀ ਮੈਨੂੰ ਪੁੱਛਣਾ ਪੈਣਾ. ਮੈਂ ਕੀ ਮਤਲਬ? ਕਹਿੰਦੀ ਮੈਂ ਆਪਣੇ ਫਾਦਰ ਸਾਹਿਬ ਨੂੰ ਜਾਂ ਆਪਣੇ ਬ੍ਰਦਰ ਨੂੰ ਪੁੱਛਣਾ ਪੈਣਾ, ਇਹ ਗਾਲ ਤਾਂ ਗਾ ਸਕਦੀ ਹਾਂ? ਮੈਂ ਕਿਹਾ ਐਕਚੁਅਲੀ ਦਫ਼ਾ ਹੋ ਜਾ, ਗਾਲ ਤਾਂ ਨਹੀਂ. ਮੈਂ ਕਿਹਾ ਇਸ ਗੀਤ ਦੀ ਇੰਸਪੀਰੇਸ਼ਨ ਜੋ ਸੀ ਹੈ ਨਾ, ਆਮ ਗੋਇੰਗ ਟੂ ਗੋ ਇਨ ਐਂਡ ਆਊਟ ਸਟੋਰੀ, 1989
1989 ਦੇ ਵਿੱਚ ਮੈਂ ਇੰਡੀਆ ਗਿਆ ਸੀ ਅੱਛਾ 88-89 ਦੇ ਵਿੱਚ ਠੀਕ ਆ ਉਸ ਟਾਈਮ ਤੇ 4 ਮਹੀਨੇ ਮੈਂ ਰਹਿ ਕੇ ਆਇਆ ਸੀ ਠੀਕ ਠੀਕ ਆ ਉਸ ਟਾਈਮ ਕੁਲਦੀਪ ਮਾਣਕ ਹੁਣੀ ਨੇ ਗੀਤ ਕੈਸੇਟ ਕੱਢੀ ਸੀ ਠੀਕ ਹੈਨਾ ਦਫਾ ਹੋ ਜਾ ਨੀ ਓਕੇ ਰਾਈਟ ਓਕੇ ਹੋ ਦਫਾ ਹੋ ਜਾਨੀ ਅੱਖਾਂ ਤੋਂ ਓਲੇ ਮੁੜ ਕੇ ਵਖਾਈ ਮੁਖ ਨਾ ਇਹ ਉਹਨਾਂ ਦਾ ਗੀਤ ਸੀ ਰਾਈਟ ਸੋ ਯੂ ਉਹਦੇ ਵਿੱਚੋਂ ਫਿਰ ਯੂ ਉਹ ਮੈਂ ਸੋਚੇ ਮੈਂ ਕਿਹਾ ਦਫਾ ਹੋ ਜਾ ਸੀ ਲਾਸਟ ਬਰ ਸਕਦੇ ਕਿਉਂਕਿ ਆਲਰੇਡੀ ਕਿਸ ਨੇ ਬਾਹਰ ਮਹਾਨ ਕਲਾਕਾਰ ਨੇ ਯੂਜ਼ ਕੀਤਾ ਠੀਕ ਹੈ ਹੈਨਾ ਸੋ ਦੈਟ ਵਾਸ ਦੀ ਇਨਸਪੀਰੇਸ਼ਨ ਫੋਰ ਰਾਈਟਿੰਗ ਦਫਾ ਹੋ ਜਾ ਇਨਟੂ ਦ ਲਾਈਨ ਐਂਡ ਉਹ ਫਿਰ ਮਿਸ ਪੂਜਾ ਨੇ ਮੈਨੂੰ ਕਿਹਾ ਕਿ ਇੱਦਾਂ ਇੱਦਾਂ ਗਾਲ ਤੇ ਮੈਂ ਕਿਹਾ ਗਾਲ ਤੇ ਮੈਂ ਕਿਹਾ ਪਹਿਲਾਂ ਮਾਣਕ ਸਾਹਿਬ ਨੇ ਵੀ ਇਹ ਗੀਤ ਕੀਤਾ ਆ ਠੀਕ ਹੈ ਬਟ ਫਿਰ ਵੀ ਤੁਸੀਂ ਪੁੱਛ ਲਓ ਆਪਣੀ ਕੁਆਲੀਫਿਕੇਸ਼ਨ ਕਰ ਲਓ ਠੀਕ ਹੈ ਐਂਡ ਇਟ ਵਾਸ ਨੋ ਪ੍ਰੋਬਲਮ ਦੂਜੇ ਦਿਨ ਸਟੂਡੀਓ ਆਏ ਕਹਿੰਦੀ ਫਿਰ ਲਿਖਾ ਦੋ ਬੋਲ ਸਰ ਇਟਸ ਅ ਬਿਟ ਆਫ ਅ ਸਟੋਰੀ ਵੈਨ ਯੂ ਗੋ ਟੂ ਦ ਸਟੂਡੀਓਜ਼ ਆਲਵੇਸ ਨਾ ਇਟ ਵਾਸ ਫਨੀ ਕਜ਼ ਮੈਂ ਤੇ ਦਾ ਯੰਕੀ ਸ਼ੰਕੀ ਹੋ ਕੇ ਉੱਥੇ ਬੈਠਾ ਸੀ ਹੈ ਹੈਨਾ ਤੇ ਉਹ ਇੱਧਰ ਆਏ ਹਰਬੰਸ ਭਾਜੀ ਇੱਧਰ ਬੈਠੇ ਸੀ ਤੇ ਉਹ ਆਈ ਮੇਰੇ ਬਾਅਦ ਦੇਖਿਆ ਵੀ ਨਹੀਂ ਕਿ ਇਹ ਕੌਣ ਮੁੰਡਾ ਬੈਠਾ ਸੀ ਤਾਂ ਹਾਂਜੀ ਭਾਜੀ ਫਿਰ ਕਿੱਥੇ ਆਏ ਫੌਜੀ ਹਾਂ ਤੇ ਬੈਠਾ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਕਹਿੰਦੀ ਹੈ ਤੂੰ ਇਹ ਫੌਜੀ ਆ ਤੁਸੀਂ ਫੌਜੀ ਮੈਂ ਕਿਹਾ ਤੁਹਾਡੇ ਦਾ ਕੋਈ ਭਾਈ ਆ ਬੈਠਾ ਹੋਣਾ ਮੁੱਛਾ ਨੂੰ ਠੀਕ ਨਹੀਂ 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 ਮੇਰਾ ਮਤਲਬ ਮੈਂ ਕਿਹਾ ਕੋਈ ਮੈਂ ਜੋ ਕੀ ਕਰਦਾ ਨੋ ਪ੍ਰੋਬਲਮ ਉੱਥੇ ਕਿਹਾ ਨਹੀਂ ਵੀ ਹਰ ਫੌਜੀ ਕੋ ਵਰਦੀ ਨਹੀਂ ਹੁੰਦੀ ਤਾਂ ਹਰ ਫੌਜੀ ਨੂੰ ਬੰਦੂਕ ਨਹੀਂ ਹੁੰਦੀ ਦੱਸ ਸੋ I was going to say such a big bada pehna and then do please, and then main kehne main hi hai kehndi tusi aap geet likhe main keh haan ji fir likhaya unhon nu theek and she even says to me she goes tusi as in you know ajkal the duet everyone sing in the higher octave gram pancham jo hunda na kehndi tusi low ch ga rahe main high ch ga rahe ga ajkal jo punjab de vich duet chal rahe dono jida high te gaunde ha theek main keh main main low ch gauna main high ch main ga sakda it's not a problem ਪਰ ਤੁਸੀਂ ਹਾਈ ਜਗਾ ਮੈਂ ਲੋਚ ਕਿਉਂਕਿ ਉਸ ਟਾਈਮ 'ਤੇ ਕਾਫੀ ਡਿਊਟ ਮਸ਼ਹੂਰ ਹੋ ਗਏ ਸੀ ਇੰਡੀਆ ਦੇ ਵਿੱਚ ਅਤੇ ਮੈਂ ਇੰਡੀਆ ਗਿਆ ਸੀ ਜਦੋਂ ਮਿਊਜ਼ਿਕ ਦੇ ਪੀਸ ਇੰਡੀਆ ਤੋਂ ਮੈਂ ਲੈ ਕੇ ਆਇਆ ਸੀ ਅਤੇ ਉੱਥੇ ਮੈਂ ਇੰਟਰਵਿਊ ਦੇਖੀ ਸੀ ਮੁਹੰਮਦ ਸਦੀਕ ਹੋਣੀ ਦੀ ਮੁਹੰਮਦ ਸਦੀਕ ਅਤੇ ਉਹਨਾਂ ਦੀ ਇੰਟਰਵਿਊ ਚੱਲ ਰਹੀ ਸੀ ਅਤੇ ਜਿਹੜਾ ਬੰਦਾ ਇੰਟਰਵਿਊ ਕਰਦਾ ਸੀ ਉਹਨਾਂ ਨੇ ਪੁੱਛਿਆ ਕਿ ਅੱਜ ਕੱਲ੍ਹ ਦੇ ਡਿਊਟ ਕਹਿੰਦੇ ਤੁਸੀਂ ਤਾਂ ਆਪਸੀ ਡਿਊਟ ਹੀ ਮੁਹੰਮਦ ਜੇ ਕੋਈ ਡਿਊਟ ਦੀ ਗੱਲ ਕਰਦਾ ਮੁਹੰਮਦ ਸਦੀਕ ਰਣਜੀਤ ਕੌਰ ਦੇ ਪਹਿਲਾਂ ਅਤੇ ਅੱਜ ਕੱਲ੍ਹ ਦੇ ਡਿਊਟਾਂ ਬਾਰੇ ਤੁਹਾਡੇ ਕੀ ਖਿਆਲ ਹੈ ਉਹ ਕਹਿੰਦਾ ਮੇਰਾ ਖਿਆਲ ਇਹ ਆ ਅੱਜ ਕੱਲ੍ਹ ਜਿਹੜੇ ਮੁੰਡੇ ਗਾਉਂਦੇ ਪਤਾ ਵੀ ਨਹੀਂ ਲੱਗਦਾ ਕਿ ਮੁੰਡਾ ਗਾਉਂਦਾ ਕਿ ਨਾਲ ਦੋ ਤੀਵੀਆਂ ਗਾਉਂਦੀ ਠੀਕ ਓਕੇ ਕਿਉਂਕਿ ਉੱਚੇ ਸੌਚ ਗਾਉਂਦੇ ਉੱਚੇ ਸੌਚ ਠੀਕ ਹੈ ਸੋ ਇਸ ਕਰਕੇ ਮੈਂ ਪੂਜਾ ਨੂੰ ਕਿਹਾ ਮੈਂ ਕਹਿੰਦਾ ਮੈਂ ਨਹੀਂ ਇਮੇਜ ਗਾਉਣਾ ਤੁਸੀਂ ਉੱਚੇ ਗਾਓ ਜਿਹਦਾ ਪੁਰਾਣੇ ਸਟਾਈਲ ਦਾ ਹੈਗਾ ਹੀ ਸੀ ਠੀਕ ਓਕੇ ਓਕੇ ਕਹਿੰਦੀ ਨੋ ਪ੍ਰੋਬਲਮ ਮੈਂ ਬੋਲ ਲਗਾ ਸਟੂਡੀਓਜ਼ ਗਏ ਗਾਉਣ ਲੱਗ ਪਈ ਮੈਂ ਕਹਿੰਦਾ ਰੁਕ ਕੇ ਇੱਕ ਸਕਿੰਟ ਮੈਂ ਕਿਹਾ ਪੂਜਾ ਜੀ ਮੈਂ ਤੁਹਾਨੂੰ ਕੁਛ ਕਹਿ ਸਕਦਾ ਕਹਿੰਦੀ ਹਾਂਜੀ ਮੈਂ ਕਿਹਾ ਜਿਹੜੀ ਬੋਲ ਆ ਨਾ ਤੁਸੀਂ ਪਿਓ ਐਟੀਟਿਊਡ ਤੁਸੀਂ ਇਹ ਸੋਚੋ ਕਿ ਤੁਸੀਂ ਤੁਰੇ ਜਾਂਦੇ ਆ ਕਿ ਮੈਂ ਤੁਹਾਨੂੰ ਛੇੜਿਆ ਤੇ ਤੁਸੀਂ ਮੈਨੂੰ ਕਹਿ ਰਹੇ ਦਫਾ ਹੋ ਜਾ ਫੀਲਿੰਗ ਲੈਣੀ ਹੈ ਕਹਿੰਦੀ ਅੱਛਾ ਕਹਿੰਦੀ ਓਕੇ ਨੋ ਪ੍ਰੋਬਲਮ ਹੈ ਇੱਕ ਕੋਈ ਟੇਕ ਵਿੱਚ ਠਾ ਚੱਕ ਕੇ ਵੋਕਲ ਮਾਰੀ ਵਨ ਟੇਕ ਬੰਗ ਵਾਓ ਇਹਨੂੰ ਕਹਿੰਦੇ ਕਲਾਕਾਰ ਇਹਨੂੰ ਕਹਿੰਦੇ ਕਲਾਕਾਰ ਦੈਟ ਇਜ਼ ਪ੍ਰੋਫੈਸ਼ਨਲ ਇਟ ਇਜ਼ ਵੈਰੀ ਹੁਣ ਜਿਹੜਾ ਹੁਣ ਲੋਟ ਆਫ ਪੀਪਲ ਸੇ ਹੁਣ ਉਸ ਟਾਈਮ ਦੇ ਵਿੱਚ ਸਪੈਸ਼ਲੀ ਕਾਫੀ ਲੋਕ ਕਹਿੰਦੇ ਸੀ ਹਨਾ ਪੂਜਾ ਦੇ ਪੂਜਾ ਦੈਟ ਪਰ ਮੈਂ ਗਵਾਇਆ ਓਨੈਸਟਲੀ ਸ਼ੀ ਕੇਮ ਇਨ ਠਾ ਕਰਕੇ ਗਾਣਾ ਤਾਂ ਸੀਗਾ ਇੱਕ ਬਹੁਤ ਵਧੀਆ ਬਿਕੋਜ਼ ਆਈ ਥਿੰਕ ਇਸ ਵਰਡ ਹਿੱਟ ਜਿਹੜਾ ਵਰਡ ਦਫਾ ਹੋ ਜਾ ਐਵਰੀਬਡੀ ਨੋਜ਼ ਭਾਵੇਂ ਤੁਸੀਂ ਇੱਥੇ ਦੇ ਜੰਪ ਵਾਲੇ ਭਾਵੇਂ ਯੰਗ ਆ ਆਊਟ ਆ ਸਾਰਿਆਂ ਨੂੰ ਦਫਾ ਇਹ ਇਹ ਜਸਟ ਬੱਚੇ ਨੂੰ ਪਤਾ ਕਰਕੇ ਨਿਆਣੇ ਜਿਹੜੀਆਂ ਮਾਵਾਂ ਆ ਕਹਿਣਾ ਉਹ ਦਫਾ ਹੋਣੇ ਆ ਉਹ ਤੂੰ ਦਫਾ ਹੋ ਜਾ ਸੋ ਐਵਰੀਬਡੀ ਨਾਲੇ ਸਾਰਿਆਂ ਨੂੰ ਦਫਾ ਹੋਦੀ ਗਾਲਾਂ ਸਾਰੀ ਖਾ ਕੇ ਆਏ ਫਿਰ ਉਹ ਬੱਚੇ ਜਿਹੜੇ ਸੀਗੇ ਦੇ ਰਿਲੇਟਡ ਟੂ ਦੈਟ ਐਂਡ ਦ ਵੀਡੀਓ ਟੂ ਗੋ ਵਿਦ ਇਟ ਵਾਸ totally different as well again video we saw on looking at yaar kede pend ch shoot kiti si main koi pend phone nahi si stafford kiti ja ke stafford acha stafford si january da mahina si mar ke pale ch a sada cameraman deepak on the other side hai he was there on the day filming this and he's never been the same since I don't tell you why hale bhi aaya par yaar any thand si na sadi ungliyan ni baat si hundiyan si you know that game action obviously you use sophie in there with yes, you yep sophie vidhi and did it that it, you sort of took it back to the old school chamkila style chamkila maane jehde purane akhade hunde si and actually the effect we done on the video as well was to make it look jida koi purani vhs di tape kar ke kasi ya all the lines coming through and yeah. We, and jehde aaj chandiya chundiya te tractor vi si trala si trale da si stage banaya sara kuch ਚੰਡੀਆਂ ਚੁੰਡੀਆਂ ਮੈਂ ਆਪ ਟੰਗੀਆਂ ਜੀ ਚਾਦਰਾਂ ਚੁਦਾ ਆਦੋ ਵਾਲੇ ਸਾਰੀਆਂ ਲਾਈਆਂ ਸੀ ਸਾਰਾ ਕੁਝ ਮੈਂ ਆਪ ਕੀਤਾ ਜੇ ਮੁੰਡੇ ਦੇ ਆਊਟਫਿਟ ਸੀ ਸਾਰਾ ਕੁਝ ਲੈ ਕੇ ਜੇ 50-100 ਪਾਉਂਡ ਖਰਚ ਲੈਂਦਾ ਕਿਹ ਕੋ ਕਰਾ ਲੈਂਦਾ ਇੰਨੇ ਮੰਦੇ ਹਾਲਤ ਨਹੀਂ ਸੀ ਪੈਸੇ ਤਾਂ ਬਾਜ ਨਹੀਂ ਸੀ ਪਰ ਉਹ ਚੀਜ਼ ਨਹੀਂ ਬਣਨੀ ਸੀ ਓਕੇ ਆਲਰਾਈਟ ਜੋ ਮੇਰੇ ਮਨ ਦੇ ਵਿੱਚ ਚੀਜ਼ ਸੀ ਆਈ ਵਾਂਟ ਪੈਸਿਆਂ ਤੇ ਵੀ ਆਉਂਦੇ ਆ ਸਬਰ ਕਰ ਮੇਰਾ ਭਰਾ ਪੈਸਿਆਂ ਤੇ ਵੀ ਅਮੇਜ਼ਿੰਗ ਦੈਨ ਲੈਟਸ ਟਾਕ ਅਬਾਊਟ
one of your other tracks that one thing I've got to say about you, Fauj, jehdi teri thinking ya, I'm not saying apne jehde Asian artist ya, you're 5 steps ahead of them. Let's talk about a little bit about Kumbiri. I don't know about 5 steps ahead. I think you know, just... ideas wise. Hon tera tera Kumbiri de gana. Look, tell me about the video to that. Who kene socha si tu aa video banaunga? ਨਹੀਂ ਸੋਚਿਆ ਦਾ ਮਤਲਬ ਮੈਂ ਹੀ ਸੀ ਦ ਆਈਡੀਆ ਵਾਸ ਅਸੀਂ ਗੀਤ ਤਾਂ ਰੈਡੀ ਕਰ ਲਿਆ ਸੀ ਅਤੇ ਵੀ ਵਰ ਥਿੰਕਿੰਗ ਕਿ ਕਿਹੋ ਜਿਹਾ ਵੀਡੀਓ ਬਣਾਈਏ ਕੁਛ ਅਗੇਨ ਕੁਛ ਡਿਫਰੈਂਟ ਹੋਵੇ ਹੁਣ ਫੋਰ ਐਗਜ਼ਾਮਪਲ ਹੁਣ ਤੁਸੀਂ ਜਿਹੜਾ ਬਰਵਾ ਗੀਤ ਸੀ ਸਾਰੇ ਵੀਡੀਓ ਬੱਚਿਆਂ ਦੀ ਸੀ ਠੀਕ ਯਾ ਫਰੋਮ 1 ਈਅਰਸ ਆਊਟ ਟੂ 9 ਈਅਰਸ ਆਊਟ ਆਈ ਵਿਲ ਕੁਇਕਲੀ ਟੈਲ ਯੂ ਸਟੋਰੀ ਅਬਾਊਟ ਦੈਟ ਨਾਓ ਹੈਨਾ ਮੈਂ ਆਪਣੇ ਫਰੈਂਡ ਫਾਕਰ ਰੋਡ ਇਨ ਐਜ ਬਾਸਮਤ ਕੋ ਘਰ ਸੀ ਕੀ ਸੀ ਰੋਡ ਦਾ ਨਾਂ ਕੀ ਫਾਕਵਾ ਰੋਡ ਓਕੇ ਓਕੇ ਮੈਂ ਕਿਹਾ ਮੈਂ ਬਾਹਰ ਕੱਢਦਾ ਨਹੀਂ ਮੈਂ ਹੁਣ ਤੈਨੂੰ ਠੀਕ ਕਰ ਲਗਾ ਇਦਾਂ ਅੱਛੀ ਯਾਰ ਨਿਕਲ ਹੈਗੀ ਇਦਾਂ ਦੇ ਜਿਹੜੇ ਇਦਾਂ ਕੰਨ ਦੇ ਬਹੁਤ ਚੱਲਦੇ ਆ ਬਹੁਤ ਕੰਨ ਚੱਲਦੇ ਨੇ ਐਂਡ ਇਟਸ ਅ ਰੀਲੀ ਬਿਊਟੀਫੁਲ ਮੰਗਾ ਕਾ ਸੀ ਟੈਨਿਸ ਕੋਰਟ ਸਵਿੰਗ ਬਾਕਸ ਐਵਰੀਥਿੰਗ ਕਨ ਮੈਂ ਉਹਨੂੰ ਕਿਹਾ ਮੈਂ ਕਿਹਾ ਖਾਲ ਮੇਰੇ ਤਿੰਨ ਹੈ ਉੱਥੇ ਘਰ ਵੈਰੀ ਨਾਈਸ ਵਿੰਡੋ ਕਲੀਨ ਕਰਦਾ ਸ਼ੀਸ਼ਾ ਸਾਫ਼ ਕਰਦਾ ਓਏ ਜਿਹੜੇ ਸਾਨੂੰ ਇਸ ਦਿਨ ਨੂੰ ਤੁਸੀਂ ਬੱਚਿਆਂ ਨਾਲ ਕੀ ਕਰਨਾ ਕਹਿੰਦੇ ਸਾਨੂੰ ਬੇਬੀ ਸਿੱਟ ਜਾ ਮੈਂ ਫੜਾ ਦਿਓ ਲੈ ਠੀਕ ਆ 60 ਬੱਚੇ ਸੀ ਉਸ ਘਰ ਦੇ ਵਿੱਚ ਓਕੇ ਐਂਡ ਵੀ ਸ਼ੌਟ ਦ ਬਰਾ ਵੀਡੀਓ ਵਿਚਾਰਾ ਖੱਲ ਆਇਆ ਸੂਟ ਸਾਟ ਪਾ ਕੇ ਬੈਂਟਲੀ ਮੈਂ ਵੀਡੀਓ ਜੋੜਾ ਮੈਂ ਵੀਡੀਓ ਦੇਖਾਂ ਮਾਡਲ ਮੂਲ ਦੇਖੇ ਜਦ ਦੇਖੇ ਨਿਆਣੇ ਭੱਜਵੇ ਪਹੁੰਚੀ ਦੇਖੀ ਮੈਂ ਕਿਹਾ ਵੀਡੀਓ ਬਣਾ ਰਹੇ ਸੀ ਭੱਜਿਆ ਤੋਂ ਇਹ ਤਾਂ ਕੱਲ ਦੇ ਮਾਡਲ ਇਹ ਕੱਲ ਦੇ ਮਾਡਲ ਆ ਬਟ ਅਗੇਨ ਦੈਟ ਵੀਡੀਓ ਹੈਨਾ ਐਂਡ no disrespect to anybody but it was a little message and je kis nu pata lagge theek hai jehde oh video de vich bacche dodh de shot pee rahe ha theek theek hai dealing sweeta yeah hana gaddiyan chala rahe ha sara kuch dikhaya eh bacche vi kar sakde ha main hun saadi sari industry especially that time eh oh kam kardi si theek eh to khona si ke kam eh ta bacche vi kar sakde bilkul ya bilkul aur unhone kita vi hana kita vi and if some people got the hint theek hai je nahi chalo theek hai par eh meri sikhe har video de vich message vi hunda yeah yeah oh labna penda but coming back to Kumbiri like you were saying assi soche ke ho je video karte at that time kisne Houston train station de vich vaise hi flash mob kita si was it for a ad for a phone company it was a phone company that phone company ad siga it was a phone company ad and I thought that's our video and what do you mean that's our video mise eh hi cheez assi karne bolun ch jaake wow And so how many people did you have totally over there doing it? It's between 350 to 400 because I think you had a it was okay choreographed to a certain extent. So basically what I've done did you actual dance moves here I've done it made a video on YouTube because Kay will look against the RC video sanu vi le lo video bhai abhi lao kar ke tada head fame mar gaya te oh kende assi sanu vi le lo video so what I've done I put the dance moves out and assi tusi aa sikho je tusi auna video ch main tonu dassuga ਚਾਰ ਹਫ਼ਤਿਆਂ 'ਤੇ ਪਿਓਰ ਰੈਡੀ ਰਹੋ ਇਸ ਦਿਨ ਨੂੰ ਸੈਟਰਡੇ ਨੂੰ ਮੈਂ ਤੁਹਾਨੂੰ ਦੱਸੂਗਾ ਕਿੱਥੇ ਆਉਂ ਹਨਾ ਸੋ ਲਿਟਰਲੀ ਡਾਂਸ ਮੂਵਸ 4 ਵੀਕਸ ਬਿਫੋਰ ਅਤੇ 2 ਦਿਨ ਪਹਿਲਾਂ ਮੈਂ ਕਿਹਾ ਬੁਲਰਿੰਗ ਦੇ ਵਿੱਚ ਅਸੀਂ ਇਸ ਟਾਈਮ ਇੱਥੇ ਹੋਣਾ ਆ ਜਾਓ 1 o'clock ਸੈਟਰਡੇ ਆਫਟਰਨੂਨ ਬਿਜ਼ੀਐਸਟ ਟਾਈਮ ਬੁਲਰਿੰਗ ਦੇ ਵਿੱਚ ਇਨ ਮਈ ਇਹ ਨਹੀਂ ਮੈਨੂੰ ਪਤਾ ਕਿ ਤੁਸੀਂ ਐਕਚੁਅਲੀ I'm sure it was me. So we had 12 cameras, one take, that was it. One take outside, that was it. All of it. Wow, that's yeah. Again, we're talking about... Dead again to the which, sorry. Wrapped up. Dead again to the which, we shot 2 versions of the video, inside and outside, that was it. That's amazing. What I mean by you're thinking miles ahead, then obviously let's go on to one of your others on, you did Menta. Menta. Do it. Hanji, hanji. All video we did, never been done. Again, it was the inspiration to that was the cartoon film Who Framed Roger Rabbit? Absolutely. You know where I seen that? 1988. I seen that on my honeymoon in Florida. Did you? Yeah. Okay. Me and the missus went to see Who Framed Roger Rabbit. Superb. And that was the inspiration, but that cartoon, and now, but that oh, pehla jani si, oh, geet pehla jani si, but oh, cartoon enna time laga. ਵਿੱਚ ਬੰਦੇ ਤੂੰ ਯੈਸ ਯੂ ਨੋ ਹਾਂ ਮੈਂ ਕਰਦੂਗਾ ਕਰਦੂਗਾ ਕੀਤਾ ਕੱਖ ਨਹੀਂ ਸੋ ਮੈਂ ਉਹਨੂੰ ਕਿਹਾ ਤੂੰ ਕਿੱਥੇ ਕਰਦਾ ਨਹੀਂ ਗਿਵ ਮੀ ਦ ਐਡਰੈਸ ਆਫ ਦ ਪਰਸਨ ਇਨ ਇੰਡੀਆ ਫਿਰ ਮੈਂ ਇੰਡੀਆ ਦਿੱਲੀ ਗਿਆ ਠੀਕ ਹੈ ਬੰਦੇ ਦੀ ਡੋਰ ਕੀਤੀ ਆ ਕਿ ਡਿਨਾ ਵਿਸ ਫੋਨ ਨੰਬਰ ਡਿਨਾ ਆਪਣਾ ਤਰ ਦੀ ਡੋਰ ਕੀਤੀ ਆ ਮੈਂ ਵੀਰਾ ਦਿਸ ਇਜ਼ ਹੂ ਆਈ ਐਮ ਔਨ ਦ ਸਪੌਟ ਪਿਆ ਆ ਕੰਮ ਕਰਨਾ ਐਨੀ ਗਜ਼ੋ ਆ ਪ੍ਰੋਬਲਮ ਹੈ ਕਿ ਨੋ ਪ੍ਰੋਬਲਮ ਇਜ਼ ਦ ਮਨੀ
ਜੋ ਵੀ ਪ੍ਰੋਬਲਮ ਮੈਨੂੰ ਦੱਸੀ ਮੈਂ ਪੰਜਾਬ ਚੱਲਿਆ ਫੋਰ ਵੀਕ ਐਂਡ ਹਾਫ ਓਨਲੀ ਟਾਈਮ ਟੂ ਰੈਡੀ ਕਰ ਸੋ ਯੂ ਨੋ ਜਿੱਦਾਂ ਹੁਣ ਜਿਹੜਾ ਯੂ ਆਰ ਅ ਕਾਰਟੂਨ ਲੇਡੀ ਇਨ ਦੇਰ ਵੈਨ ਯੂ ਆਰ ਡਾਂਸਿੰਗ ਦੇ ਵਟਐਵਰ ਵਾਸ ਦੇਰ ਐਕਚੁਅਲ ਪਰਸਨ ਦੈਟ ਦੇ ਵਾਸ ਦੇ ਕਵਰ ਅਪ ਯੂ ਕੈਨ ਆਮ ਗੋਇੰ ਟੂ ਲੈਟ ਯੂ ਇਫ ਯੂ ਵਾਚ ਦ ਵੀਡੀਓ ਯੂ ਕੈਨ ਸੀ ਸਮ ਵੂਮਨ ਵਿਦ ਅ ਗ੍ਰੀਨ ਸੂਟ ਔਨ ਥੋੜੀ ਜਿਹੀ ਪਿਕਚਰ ਦੀ ਓ ਸੋ ਸ਼ੀ ਵਾਸ ਵੇਅਰਿੰਗ ਅ ਗ੍ਰੀਨ ਸੂਟ ਯਾ 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 ਵੀ ਵਰ ਟਾਲਕ ਟੂ ਸਮਵਨ ਵਿਦ ਅ ਗ੍ਰੀਨ ਐਂਡ ਆ ਸੈਡ ਡਸ ਸ਼ੀ ਨੀਡ ਟੂ ਬੀ ਸਕਿਨੀ ਔਰ ਡਸ ਸ਼ੀ ਨੀਡ ਟੂ ਬੀ ਬਿਗ ਓ ਇਟ ਡਸਨਟ ਮੈਟਰ ਸੋ ਵੀ ਗਾਟ ਅ ਗਰਲ ਐਂਡ So our cartoon Jay, she looks like a bit of a kaddu actually, doesn't she? Yeah, but fit line easy, but she had to cover the green suit certain and that was our gore kar de green screen up indi kar de green suit ne de you par aa chok mar ja hun naale edli jana jehdi marzi muka thodi ji unhon ne main teri wait karni pendi hai na tu siyana ehli karna ehli thodi function ho jao function marzi game kheliye khelo aa phad paper बैक टू क्लास टाइम आप जी फट जे ना चीट की देख लें आप हम थोड़ी म्यूजिकल गेम खेलनी है एक मैं तेन गल दसा हाँ जी दसो उदा ना कौन बनेगा करोड़पति है ना कोई भी जाने के तुसी गेम शो देख लो हमेशा जो होस्ट है ना वो गैसट को सवाल पूछते ये पहला होस्ट है ना होस्ट को कम करा एक भाई कितने लिखा मेरे स्कूल लिखा राइट आपका सैवन ट्रैक्स है गाने पेपर निका जहा है We speed it up a little bit. Name of the song and the singers, the two artists as well. Then the says, "Yar, he's backward." Menu bhi likhna padega. Sir, tenu bhi likhna padega, hai na? Sir, I bhi likhna. Tu apna naam likh lai, hai na? Number two, you ready? So that was an easy one. Jay, hum na ta nu hai. Main bas ikko kar raha hu na sawal. This is it. Kitne adi ek sawal. They're all brilliant artists in their way. Number three. अरे सर को मन्ना पूरी नकल आप बोलते हैं। अच्छी तरह डांस देखना है गाने थे हम तो ठहरा। Number four देंगे। Are you how you find it? You find it easy? Ah, so far. Thank you.
Official title of the song. Tell me, we might do with the if you're close. Okay. I don't know who sang this. But I don't know the name. For number six. I'll give you a clue on that one. No, don't give him a clue. You didn't give me a clue. I'll give both of you a clue. No, I know it. Oh, you know it. You know the singers as well. Yeah. You do. Oh, yeah. Chala ke vada. No, but I'm trying to help. Trying to help you. Oh my. Tu school le nahi. What's the freaking name of the track again? Yeah, but le ho tere. What's the name of the track? Ah, kamal di gal ya. I've got the song, man. Chal, theek, theek, theek. Last one then. Come on. I'll give you another clue. These artists, UK artists, this is. We'll give you one more. One more. Just the one before. One before. One more time. I don't trust you. You can't read my writing. You can't read my writing. No, I can read your writing. We trust our guest. I don't trust you. Cheat about that. Oh, yeah. Okay, who was the first one then? That was Fauji and Pooja. Yeah. Yeah. Did you get it right? Pooja, Fauji and Dafa. Okay, that's it. You got that one. Second one? Afrika, yeah. Mohammed Sadiq and Rajiv Kaur. Yep. Kurti Malnadi. Ah, tu ki rakhiya? Mohammed Sadiq and Rajiv. Mohammed, tenu kya ta padni hona? Kese bahane? Kese bahane nahi? Nahi, pure ka, pure maat da da. Pure khada, phadar. ਉਰੇ ਫੜਾ ਯਾਰ ਰਾਈ ਇਹਦਾ ਨਾਂ ਹੈ ਕੁਰਤੀ ਮਲਦੀ ਵਿੱਚ ਉਰੇ ਫੜਾ ਛੱਡੇ ਸਰੀਰ ਰਣਜੀਤ ਕੌਰ ਯੂ ਗਾਟ ਰਣਜੀਤ ਕੌਰ ਤੇਰੇ ਦਾ 3 ਪੁਆਇੰਟਸ ਫ੍ਰੀ ਸ਼ਾਟ ਯਾ 3 ਯੂ ਗਾਟ ਤੇਰੇ ਦਾ 3 ਐਂਡ 3 ਚਲੋ ਆ ਮੈਂ ਦੇ ਮਰਜੀ ਲਫੜ ਬਲੱਡੀ ਚੀਟਿੰਗ ਸੋ ਯੂ ਗਾਟ 3 ਔਨ ਦਾ ਫਰਸਟ ਵਨ ਯਾ ਫੌਜੀ ਗਾਟ 3 ਫੌਜੀ ਯੂ ਗਾਟ ਰਣਜੀਤ ਕੌਰ ਮਲਦੀ ਕੁਰਤੀ ਮਲਦੀ ਹਾਏ ਹਾਏ ਫੌਜੀ ਨਹੀਂ ਮੰਨਦਾ 3 ਯੂ ਗਾਟ 2 ਚਲ ਦੇ 2 ਸਿੰਗਲ ਯੂ ਗੈਟ 2 ਓਕੇ Next one. अच्छा जुती फड़ाई था कि मेरे? Third one. चमकीला में जो पहले लगा रहा. हाँ जी. चमकीला लिखा सीमा. But तू अमर. अमर जोत नहीं लिखा नहीं. फिर you don't get a point. इन्हें लिखा है. चल मैंने glassy के बाद ही हम. नहीं नहीं मैंने तो glassy में you get 2 points. Listen. तेनू क्या सीखा? The singers please. जो तो singers उन्हें. ओ मैं चौथी थी क्लास से नहीं बैठा अच्छा. लगा मैंने दबके मार. Okay. मैं भी host यहाँ. आहो. The next one. दफा हो जा फिर नहीं तो सुना था. आ गो जट हो गया सब गीता ज्यादा हो जाए No. Oh, was it wrong? Jat ho gaya sharabi. Gaddi di chabi. No, the name of the song. Gaddi di chabi. Gaddi di chabi. Gaddi di chabi. Yeah, so you get 0 point. Who sang it? Baljeet Malwa. Ranjit. Yeah, Malwa. My gaana likha hai Gaddi di chabi. And Sadesh Kumari. So you get actually one. Theek hai. You shouldn't do because Gaddi di chabi nahi could be tractor di ho sakdi lorry di ho sakdi. I don't care. Yeah. What is the title? Last one. No, it's not last one. It's on the fifth one. Batua. You got it? That's the actual name of the song? Main Batua nahi likhya. I knew the name of the song. Main Sari Da Vyah likhya. I thought that was Ranjit Bawa, but obviously he's not. It's Bhupinder Gill and Miss Neelam. Chal, you get 1 point. 1 point for that one. Very good. Paji? No points. 0 points. Don't care. Okay, next one. Business. I thought that was Jinder and Seo. It is. It is. It is. The last one? Jin and Sito. No, the one last one. Achha. Last one. Okay. Jin and Sito? Yeah. Do chadiyan di ek tolki. Roj raat nu khadke. Okay, so I'll get 2 for that. Jin and Sito, you get 2. Yeah. And Papa,
ਮੇਲਾ ਮਿੱਤਰਾਂ ਦਾ ਕਿਹੜਾ ਮੇਲਾ ਮਿੱਤਰਾਂ ਦਾ ਹੈ ਮਾਮਾ ਹੀਰ ਦਾ ਹੈ ਉਹ ਕਰ ਤੂੰ ਪੜ੍ਹਿਆ ਵੀ ਕਿਹੜਾ ਦਿਖਾ ਲਵੇ ਭਾਈ ਆਖਿਰ ਰੀਡ ਮੈਂ ਕੇਦੀਪ ਦਾ ਲਿਖਿਆ ਸੀਗਾ ਉਹ ਕੇਦੀਪ ਨਹੀਂ ਪਾਇਆ ਲਾਸਟ ਵਨ ਪੂਤਨਾ ਮਾਨੀ ਖੇਰਾ ਐਂਡ ਹੋਰ ਮਾਨੀ ਸੰਘ ਦਾ ਮਾਨੀ ਖੇਰਾ and oh, Rinako so you get two who did you get I put Putna but didn't see it again I so Jay you got one Logic. Okay 3 4 5 6 7 8 9 10 11 12 13 bhai we have a winner so is then ali appa chalde choti break break nahi karni appa break karni peni hai nahi karni break karni peni hai no listen no break today appa break nahi karni bhai break nahi karni tu muka appa kariye okay let's get back to talking to you a little bit After all your success and everything, you were flying high. Yeah. And all of a sudden, everything comes. You hit a brick wall. I was flying low. You hit a brick wall. What happened? You know, Jitak, and they are, you get the ups with the downs. Yeah. Rough with the smooth. Rough with the bloody smooth. And Saturday, like I said, Saturday. ਜੇ ਮੈਂ ਥੋੜੀ ਜਿਹੀ ਹੋਰ ਪਾਵਾਂ ਨਹੀਂ ਬਹੁਤ ਯਾਰ ਤੇ ਪੂਰੀ ਸੱਚ ਦੱਸੂਗਾ ਨਹੀਂ ਹਾਂ ਝੂਠ ਪਾਉਣ ਜੋਗੀ ਪਾਈ ਆ ਬੇਸਿਕਲੀ Dad's been in the clothing trade for a very long time. Theek, okay. 1972 to lag gaya. 80s to leke import export karde si. Import export leke jo manufacturing ethe band ho gayi. Sade matlab do showroom Holland hunde si, do showroom Germany hunde si. Okay. Ek kapde da showroom hunde si Canada. Okay. I'm in Toronto. So dad done import export all his life. Right. Because of that, jehda ohna nu rate milda si exchange da. Because he's got the old contacts. Theek. ਆਪਣੇ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਕਰਦੇ ਸੀ ਉਹਨਾਂ ਦੇ ਪੈਸੇ ਓਬਵੀਅਸਲੀ ਪੇਮੈਂਟ ਕਰਦੇ ਸੀ ਠੀਕ ਉਸ ਹਿਸਾਬ ਨਾਲ ਹੋਰ ਵੀ ਲੋਕ ਉਹਨਾਂ ਨੂੰ ਕਹਿਣ ਲੱਗ ਪਏ ਕਿ ਭਾਅ ਜੀ ਕਿ ਤੁਸੀਂ ਇੰਪੋਰਟ ਐਕਸਪੋਰਟ ਕਰਦੇ ਅਸੀਂ ਚਾਈਨਾ ਤੋਂ ਮੰਗਵਾਉਂਦੇ ਆ ਮਾਲ ਸਾਡੇ ਵੀ ਪੈਸੇ ਸਾਡੇ ਵੀ ਰੇਟ ਐਕਸਚੇਂਜ ਵਧੀਆ ਦਵਾ ਦਿਓ ਇੱਦਾਂ ਹੀ ਜਿਹੜੇ ਮੁੰਡੇ ਕੱਚੇ ਇੱਥੇ ਕੰਮ ਕਰਦੇ ਆ ਉਹਨਾਂ ਨੇ ਇੰਡੀਆ ਪੈਸੇ ਪੂਸੇ ਭੇਜਣੇ ਹੁੰਦੇ ਠੀਕ ਓਕੇ ਡੈਡੀ ਉਹ ਪੈਸੇ ਉਹਨਾਂ ਦੇ ਭੇਜ ਦਿੰਦਾ ਠੀਕ ਓਕੇ ਇਸ ਚੱਕਰ ਦੇ ਵਿੱਚ ਫਸ ਗਿਆ ਡੈਡ ਇਨ ਮਨੀ ਲੌਂਡਰਿੰਗ ਰਾਈਟ ਐਂਡ ਬਿਕੋਜ਼ ਆਮ ਹਿਸ ਸਨ I must know everything he's doing as well. Right. ਇਸ ਕੰਮ ਵਿੱਚ ਸਿਰਫ ਮੈਂ ਨਹੀਂ ਮੈਂ ਸੀ ਡੈਡ ਸੀ ਮੇਰਾ ਚਾਚਾ ਸੀ ਚਾਚੇ ਦਾ ਮੁੰਡਾ ਮੇਰਾ ਸਾਲਾ ਸੀ ਮੈਂ ਜੀਜਾ ਤੁਹਾਡਾ ਆਪਰੇਸ਼ਨ ਵੀ ਵੱਡਾ ਸੀ ਨਾ ਮੇਰਾ ਕੰਮ ਦਾ ਸੀਗਾ ਸ਼ੇਟ ਫੈਮਿਲੀ ਸ਼ੇਟ ਤਾਂ ਹੀ ਹੈ ਇਸ ਸ਼ੇਟ ਤਾਂ ਟੱਬਰ ਦੇ ਬੰਦੇ ਸੀ ਸਾਡੇ ਟੱਬਰ ਦੇ ਬੰਦੇ ਸੀ ਠੀਕ ਹੈ ਬਟ ਬਿਕੋਜ਼ ਆਫ ਦੈਟ ਓਬਵੀਅਸਲੀ ਵੀ ਥੋਟ ਅਸੀਂ ਸੋਚਿਆ ਨਹੀਂ ਸੀ ਕਿ ਇੱਦਾਂ ਦਾ ਪ੍ਰੋਬਲਮ ਪੈਣੀ ਆ ਬਟ ਹੁਣ ਹੁਣ ਫੋਰ ਐਗਜ਼ਾਮਪਲ ਜੇ ਤੁਸੀਂ ਕੱਚੇ ਬੰਦੇ ਆ ਤੇ ਸਾਰੇ ਸਾਡੀ ਹੈਲਪ ਕਰੋ ਕੋਰਟ ਵਿੱਚ ਤੁਸੀਂ ਗਵਾਹੀ ਦਿਓ ਆ ਕਿ ਤੁਹਾਡੇ ਤੇ ਤੁਸੀਂ ਗਵਾਹ ਉਹਨਾਂ ਨਾਂ ਥੋੜਾ ਦੱਸ ਸਕਦੇ ਉਹ ਹੈ ਕਿ ਕੱਚੇ ਉਹ ਕਿੱਦਾਂ ਹੋਗੇ ਹਾਂ ਦੂਸਰੀ ਗੱਲ ਹੈ ਜਿਹੜੇ ਕੱਪੜੇ ਵਾਲੇ ਬੰਦੇ ਸੀ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਆ ਮੁਰੇ ਸੀ ਤੁਹਾਡੇ ਪੈਸੇ ਭੇਜੇ ਆ ਕਹਿੰਦੇ ਵੀਰੇ ਅਸੀਂ ਨਹੀਂ ਆਉਣਾ ਉਹ ਡਰਦੇ ਕਿਉਂਕਿ ਉਹਨਾਂ ਨੇ ਉਸ ਟਾਈਮ ਤੇ ਟੈਕਸ ਟੁਕਸ ਨਹੀਂ ਦਿੱਤਾ ਤਾਂ ਠੀਕ ਸੀ ਓਕੇ ਸੋ ਟੈਕਸ ਇਵੇਜ਼ਨ ਹੋ ਗਿਆ ਕਿਉਂਕਿ ਮਾੜੇ ਟਾਈਮ ਤੇ ਯੂ ਟ੍ਰਾਈ ਟੂ ਹੈਲਪ ਪੀਪਲ ਆਊਟ ਯੂ ਐਂਡ ਅਗੇਨ ਸ਼ਾਫਟਿਡ ਨੋ ਇਟ ਵਾਸਨਟ ਹੈਪਨਿੰਗ ਹੁਣ ਐਸੀ ਐਮੀ ਜੇ ਕਹੀ ਜਾਈਏ ਕਿ ਅਸੀਂ ਉਹਨਾਂ ਦੀ ਹੈਲਪ ਕਰਦੇ ਸੀ ਪੈਸੇ ਭੇਜਦੇ ਸੀ No, dad apna commission bro. Apna apni commission bhi sigi hoche. That was dad's come at the end of the day. Okay. He applied for a proper license, hai na? Pehla mila si baad vich nahi milya. Okay. Theek hai for whatever reason, hai na? But us time te kam tode se if that's your roti pani dad just carried on doing it. Right. Hai na? And is chakkar de vich dad got stuck, he got pulled up. Everybody else got pulled up and trial sada chal gaya. Assi socha nahi si ke ਇਹ ਹੋਣਾ ਆ ਰਾਈਟ ਟੂ ਦੀ ਐਂਡ ਮੇਰਾ ਸਿਸਟਰ ਕਹਿੰਦਾ ਸੀ ਕਿ ਇੱਦਾਂ ਇੱਦਾਂ ਯੂ ਸ਼ੁੱਡ ਬੀ ਓਕੇ ਕਿਉਂਕਿ ਤੇਰਾ ਹੱਥ ਕੁਛ ਨਹੀਂ ਸੀ ਵਿੱਚ ਰਾਈਟ ਠੀਕ ਆ ਡੈਡ ਨੇ ਕਿਹਾ ਤਾਂ 5000 ਬੈਂਚ ਰੱਖੇ ਦੋ ਤਿੰਨ ਵਾਰੀ ਮੈਂ ਬੈਂਚ ਪੈਸੇ ਰੱਖੇ ਸੀ ਬਟ ਇਟਸ ਨੋਟ ਅ ਬਿਗ ਥਿੰਗ ਹਨਾ ਸੋ ਰੀਲੀ ਬੈਂਕਿੰਗ ਕਰਨ ਗਿਆ ਇਵਨ ਬੈਂਕਿੰਗ ਦੈਟਸ ਆਲਸੋ ਯੂ ਡਿਡ ਓਨਲੀ ਟਵਾਈਸ ਯਾ ਓਕੇ ਟਵਾਈਸ ਵਾਸ ਬੈਂਕਿੰਗ ਐਂਡ ਵੈਨ ਦੇ ਰੇਡਡ ਆਰ ਹਾਊਸ ਯਾ ਦੇ ਫਾਊਂਡ 8 ਗ੍ਰੰਡ ਕੈਸ਼ ਇਨ ਮਾਈ ਇਨ ਯਾਰ ਆਪਣੇ ਆਪ ਬੰਦੇ ਦੇ ਘਰ ਉਦਾਂ ਹੀ ਪਏ ਹੁੰਦੇ ਹੁਣ ਮੈਂ ਕੋਰਟ ਦੇ ਵਿੱਚ ਕਿਹਾ ਵੀ ਜਦੋਂ ਉਹਨਾਂ ਨੇ ਮੈਨੂੰ ਸਵਾਲ ਤੇਰੇ ਘਰ ਇਹਨੇ ਪਏ ਆ ਨਹੀਂ ਮੇਰੇ ਨਹੀਂ ਮੈਂ ਕਿਹਾ ਆਮ ਬੰਦੇ ਆ ਆਮ ਬੰਦਾ ਤੂੰ ਆ ਹਾਂਜੀ ਅਸੀਂ ਆਮ ਬੰਦੇ ਤੋਂ ਇਦਾਂ ਕਰੀ ਆਜੇ ਨਾਲੇ ਮੈਨੂੰ ਲੱਭ ਕੇ ਦੀ ਅੱਛਾ ਸੋ ਵਾਟ ਦੇ ਸੈਡ ਕਿ ਯਾਰ ਤੇਰੇ ਘਰ ਇਹਨੇ ਕੈਸ਼ ਪੈ ਸੀ ਵਾਟ ਜਬ ਕੈਸ਼ ਮੈਂ ਕਿਹਾ ਪਹਿਲੀ ਗੱਲ ਹੈ ਲੁੱਕ ਦੋ ਵਰਕ ਕਾਰਡ ਯਾ ਮੈਂ ਸ਼ੋਅ ਤੇ ਜਾਂਦਾ ਆ ਕਾਂਟ ਚਾਰਜ ਪੀਪਲ ਅਪ ਫਰੰਟ ਯਾ
ਉਹਨੇ ਦੇਖਣਾ ਫੌਜੀ ਨੇ ਮੈਂ ਕਿਹਾ ਸਮ ਪੀਪਲ ਡੂ ਡੋਨਟ ਗੈਟ ਮੀ ਰੋਂਗ ਕਈ ਆਰਟਿਸਟ ਹੈ ਕਿ ਅਸੀਂ ਜਦ ਤੱਕ ਸਾਡੇ ਕੋਲ ਪੈਸੇ ਨਹੀਂ ਪਏ ਦਿੰਦੇ ਤੁਸੀਂ ਅਸੀਂ ਸਟੇਜ ਨਹੀਂ ਚੜ੍ਹਨਾ ਬਟ ਦੈਟਸ ਨੈਵਰ ਬੀ ਮਾਈ ਮੋਰਲ ਮੈਂ ਸਟੇਜ 'ਤੇ ਚੜ੍ਹਦਾ ਆਈ ਡੂ ਮਾਈ ਪਰਫੋਰਮ ਜੇ ਤੁਹਾਨੂੰ ਚੰਗਾ ਲੱਗਿਆ ਪੈਸੇ ਦੂਜੇ ਅਸੀਂ ਗਲਤੀ ਹੋ ਗਈ ਭੁੱਲ ਗਏ ਆਪਣੇ ਨਾਲ ਫੰਡਾ ਹੀ ਵਾਂਟ ਹੈ ਨਾ ਸੋ ਓਬਵੀਅਸਲੀ ਬਿਕੋਜ਼ ਅਸੀਂ ਕੈਸ਼ ਪੈਸੇ ਲੈਂਦੇ ਹਾਂ ਵਿਆਹਾਂ ਵਿਆਹਾਂ 'ਤੇ ਦੈਟਸ ਮਾਈ ਟ੍ਰੇਡ ਜੱਜ ਨੇ ਕਿਹਾ ਵੀ ਕੀ ਹੈ ਮਿਸਟਰ ਮੈਨਜੀ ਗਿਓ ਹੈਜ਼ a different trade. He's an entertainer, yeah. But obviously you got caught up in that. He didn't go right and I ended up going to prison. You went for a holiday? 2.5 years, I suppose. How did you come with a holiday anyway? No problem at all. Main thonu the gall dassan, this is quite, people think I'm a bit stupid for saying it. Oh, visa bhi lena penda jithe holiday gaya si. Visa bahut vadhiya lagda. Tenu bhej dene ya. Stamp. Jaya, tenu visa nahi lagda. Eh, tenu tenu bhej de ya 6 mahine. Thodi sorta ve nu. Haan ji. Hain? ਸ਼ੁਰੂ ਹੋਇਆ ਵਿੱਚ ਇਨਲੈਂਡ ਰੈਵਨਿਊ ਨੇ ਟੈਕਸ ਇਨਵੈਸਟੀਗੇਸ਼ਨ ਸ਼ੁਰੂ ਕਰਤੀ just before yeah. right 2009 to leke 2012 december tak oh kam finish hoya investigation complete ho gayi to kehnde tu tax nahi pura ditta tu enne sanu paise de theek but tension da hundi hai kyunki mere te shuru hoya si then my wife the mama's window okay hai na oh ek tension khatam hui 5 mahine baad we got ready for this right okay, okay. so ek passe unne time de vich my career went to however far it went yeah hai na par dooje passe just tension is down yeah sorry unisi I'll tell you straight how did you cope when he was inside did they give you a chance to think did you write more main 18 geet likhe while he was inside inside I wrote three films okay three film mein bhi I wrote three films okay banoniya kada nu speak on shuru kita hai bhai sam part mainu part jarur denge ek hero pura sada mainu hero nahi milena hero nahi milena ਉਹ ਜਦੋਂ ਨਾ ਐਕਟਰ ਨੂੰ ਗਰਮੀ ਆਉਂਦੀ ਹੁੰਦੀ ਨਾ ਇੱਕ ਪਸੀਨਾ ਪੂੰਜ ਨਾਲ ਆਉਂਦਾ ਨਾ ਉਹ ਇਹਨੂੰ ਰੋਲ ਦੇ ਵੇ ਆ ਲਾ ਵਨ ਵਿਲਨ ਰੋਲ ਵਿਲਨ ਲਾਈਕ ਅ ਗੁੱਡ ਵਿਲਨ ਨੋ ਯੂ ਹਰਡ ਕਾਦੇ ਯੂ ਲਾਫ ਟੂ ਮਚ ਤੂੰ ਵਿਲਨ ਆਸਤੇ ਹੁੰਦੇ ਹੈ ਹੀ ਇਜ਼ ਨਾ ਇਵਨ ਦਾ ਉਹ ਪ੍ਰਵਾਹ ਖਾਰਾ ਨਾ ਪਾਲੀ ਅੱਛਾ ਸੋ ਯਾ ਬਟ ਉਹ ਥਰੀ ਫਿਲਮਸ ਦ ਵੇ ਯੂ ਗੈਟ ਥਰੂ ਇਜ਼ ਆਬਵੀਅਸਲੀ ਇੱਕ ਤਾਂ ਜਿਮ ਦੋ ਯੂ ਕੈਨ ਡੂ ਟੂ ਵੇਜ਼ ਠੀਕ ਹੈ ਜਾ ਬੈਕ ਰੋਲ ਜੇਲ ਦੇ ਵਿੱਚ ਜਾ ਬੈਕ ਤੁਸੀਂ ਰੋ ਡਰੱਗ ਖਾਓ ਪੀਓ ਸੁੱਟੇ ਸਾਟੇ ਦੀ ਸਿਗਰਟ ਲਾ ਲਓ ਉਹ ਤਾਂ ਅਸੀਂ ਪਹਿਲਾਂ ਤੋਂ ਨਹੀਂ ਕੀਤਾ ਕੰਮ ਯੂ ਕੈਨ ਗੋ ਡਾਊਨ ਠੀਕ ਹੈ ਕਮ ਆਊਟ ਇਨ ਡਿਪਰੈਸ਼ਨ ਠੀਕ ਹੈ ਉਹ ਦਿਮਾਗ ਯੂਟੀਲਾਈਜ਼ ਦ ਟਾਈਮ ਮੈਂ ਐਕਚੁਅਲੀ ਜੇਲ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਮੈਂ ਫਿਲਮ ਦੇ ਆਈਡੀਆ ਮੇਰੇ ਕੋਲ ਹੈਗੇ ਮੈਂ ਲਿਖਣੇ ਆ ਮੇਰੇ ਕੋਲ ਟਾਈਮ ਨਹੀਂ ਹੈਗਾ ਹੈ ਨਾ ਰੱਬ ਨੇ ਮੈਨੂੰ ਟਾਈਮ ਦਿੱਤਾ ਟਾਈਮ ਦਿੱਤਾ Absolutely. How else did you occupy yourself in there? Then filmaan likhi, 18 geet likhi, te gym. So originally, is the food really horrible there as well? What's the food it like? It is a bit shit. Hello, hello. Chup kar. Main actually serious kar rahi hoon. Hasina. Mainu us sawal da chitta bhul gaya. Jehdi tuhanu obviously jehdi saza hoi na, oh kinne chir di hoi sigi? 5 saal. 5 saal. 5 saal jo 2.5 saal katte. 2.5 saal. 2.5 saal probation de reha main. Okay. So you've been out now 2.5 years tattoo again yeah main rab da hai main na police aaje hun hai na ine teri jarab launi si aur kuch nahi inu jaraba sugandhi badi aati hai food and everything yeah what did you see in there everything chathe on street jehda oh food provide karde ho oh mandaiya you can make your own but no what we used to do on if you hun je tusi itthe microwave hunde main demonstration puri kar deni si acha microwave de vich hun jehda hun assi for example sunday nu milda si roast chicken dinner theek hai assi ki karna assi utthe sade wing de vich na 7-8 jane apne punjabi munde si theek jehde munde kitchen vich kaam karde si oh loon masala haldi vagera sade layi chori karke le aunde si utthe ja ke vi corruption puri theek hai ते असी अ पॉइंट नोट कीती जावे योर ऑनर जर असी माइक्रोवेव दे विच पहला चिकन दे जेड़ा एक पीस हुंदा सी कट के थाई ते टक लाउणा हां सेपरेट करके ठीक पहला गट्ठे गुट्टे लेके शॉपिंग तो शॉपिंग तुसी ले सकदे आ गट्ठे अदरक लहसुन लेके
ਮਾਈਕ੍ਰੋਵੇਵ ਵਿੱਚ ਤੜਕਾ ਬਣਾਉਣਾ, ਲੂਣ ਮਸਾਲਾ ਹਲਦੀ ਵਗੈਰਾ ਪਾ ਪੂ ਕੇ ਚਿਕਨ ਵਿੱਚ ਪਾ ਪੂ ਕੇ ਯੂੰ ਅਸੀਂ ਘੁਮਾਉਣਾ ਘੁਮਾਉਣਾ, ਬਾਅਦ ਵਿੱਚ ਪਾਣੀ ਉਬਾਲ ਕੇ ਤਰੀ ਬਣਾਉਣੀ, ਅਸੀਂ ਤਰੀ ਵਾਲਾ ਚਿਕਨ ਬਣਾਇਆ, ਅਚਾਰੀ ਚਿਕਨ ਬਣਾਇਆ, ਗਾਜਰਾਂ ਦੀ ਸਬਜ਼ੀ, ਗੋਭੀ ਦੀ ਸਬਜ਼ੀ। ਯੂ ਜਸਟ ਸੈਡ ਐਂਡ ਯੂ ਕੈਨ ਕਾਲ ਮੀ ਔਨ ਥਿਸ ਇਫ ਯੂ ਹੈਡ ਅ ਮਾਈਕ੍ਰੋਵੇਵ ਹੇਅਰ, ਹਾਂ ਆਈ ਕੁਡ ਸ਼ੋ ਯੂ। ਬੋਲੇ ਆਓ ਆਓ ਜੀ, ਐਨੀ ਦੀ ਇਨਗਰੀਡੀਐਂਟਸ ਲੈ ਕੇ ਆਓ। ਆ ਫਰ ਨਾਈਫ ਦੱਸ, ਆਪਾਂ ਬਣਾਉਣਾ ਕੀ ਆ, ਚਿਕਨ ਬਣਾਉਣੀ ਆ, ਜੋ ਵੀ ਆ ਲੈ ਆਓ ਇੱਥੇ। ਹੁਣ ਮੈਂ ਪਹਿਲਾਂ ਤੜਕਾ ਤਾਂ ਬਣਾਵਾਂ, ਨਹੀਂ ਤੜਕਾ ਮਗਰ ਪਹਿਲਾਂ 10 ਪਿਲ ਮੀਟ ਦਾ ਬੰਦ ਦੱਸ, ਜੋ ਵੀ ਜੋ ਵੀ ਚਿਕਨ ਇਸ ਗੋ ਚਿਕਨ ਇਸ ਵਾਲਾ ਜ਼ਮੀਨ ਹਲੇ ਚਿਕਨ ਵਾਟੇ ਨੂੰ ਪਹਿਲਾਂ ਇਹਨੂੰ ਹਲਾਲ ਕਰੀਏ। ਨਹੀਂ ਹਲਾਲ ਨਹੀਂ ਕਰਨੀ, ਹੈ ਹਲਾਲ ਨਹੀਂ ਕਰਨੀ। ਆ ਤਾਂ ਬਣਾਤਾ ਮੁਰਗਾ, ਜੇ ਤਾਂ ਪੋਰਕ ਖਾਣੀ ਆ, ਵਾਢੇ ਨੂੰ। Wow, okay. I'm a steak man myself. ਠੀਕ ਆ, can I have a T-bone please? ਪਹਿਲਾਂ ਅਦਰਕ ਲਸਣ ਹੈਗਾ ਸਾਰਾ ਕੁਛ? ਨਹੀਂ ਉਹ ਨਹੀਂ ਹੈਗਾ। ਲੈ ਫਿਰ ਕੀ ਬਣਾ? ਉਹ ਬੰਦੇ ਦਾ ਜਿਹੜਾ ਉਹ ਤੇਰੇ ਬੰਦੇ ਨਾਲ ਟੈਲੀ ਹੂੰਗਾ ਮੈਂ। ਯੂ ਨੋ ਨੈਕਸਟ ਟਾਈਮ ਇੰਟਰਵਿਊ ਕਰੂਗੇ ਸ਼ੁਰੂ ਇਸ ਪਾਰਟ ਤੋਂ ਕਰੂਗੇ ਕਿ ਨਹੀਂ ਆ ਮੈਂ ਕਿਸਮ ਖਾਣਾ ਛਾਣਾ ਇਹਨੂੰ ਮਾਈਕ੍ਰੋ। ਅੱਛਾ ਨਹੀਂ, ਪਾਰਟ 2 ਇਦਾਂ ਕਰਨੀ ਆ ਮਾਈਕ੍ਰੋ। ਆ ਕਮ ਲੀ ਯੋ ਮਾਈਕ੍ਰੋ। ਮੈਂ ਅੰਡਰ ਨੋ ਇਸ ਪਰ ਮੈਂ ਨਾਲ ਸ਼ੀਪ ਵੀ ਲੈ ਕੇ ਆ। ਕੈਨ ਯੂ ਵੀ ਸ਼ੀਪ ਲੈਮ ਯਾ ਕੀਮਾ? ਆ ਦੇ ਪਾਪਾ ਜੀ ਆ ਦੱਸ ਕੀ। ਚਲ ਠੀਕ ਹੈ, ਦੱਸ ਹੁਣ ਕਿਹੜਾ ਬਣਾਉਣਾ ਜਿਹੜਾ ਬਾਜੀ ਭਰਾਵਾ ਲਿਆ ਤੂੰ ਅਦਰਕ ਲਸਣ ਵਗੈਰਾ ਆ ਕਾ ਦੱਸ ਲੈ ਵੀ ਸਾਰਾ ਨਹੀਂ ਦੇਖ ਸਕਦਾ। ਅੱਛਾ ਮੁੜ ਕੇ ਸਵਾਲ ਹੀ ਪੁੱਛਣਾ ਹੁਣ, ਵਾਟ ਵਾਸ ਯੋਰ ਵਰਸਟ ਨਾਈਟ in Saudi? The first night? Yeah. Explain that to us. So, Hagrat? No, explain that to us. What went through your head? So, you imagine, I tell you what, if everybody, just in their mind, if you've not been to prison, just close your eyes and picture what going into prison is. Yeah. And you probably see a metal door curved, opening, room is literally this wide, bricked, horrible, dirty, cream paint, a crappy little metal bed, window bhi udda da hai, and you just got jehde hun jehdi bed ya is lohe diyan pattiyan idda rakhiyan hai. Okay, jidda school vich sports wale dujje mat ye hunde sige, yeah that's your mattress. Okay, so the pattiyan are sticking into your back and everything in your back. Yeah, bhai, what did you expect? 5-star hotel with a I didn't expect what it is. It's not what I expected or didn't expect. It's when reality hits you. This is my life now for the next... You know what? Jidda kehnde hunde aa. But it was it. And jeh main tuhanu kahwaan, when I went to Cat D, they got the shitty little mattresses. But in the whole prison, ek mera dost, I won't say his name, but he had a proper mattress. Orthopedic freaking Edda mattress. And he got released. ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਯਾਰ, ਵੈਨ ਯੂ ਲੀਵ ਮੈਂ ਤੇਰਾ ਮੈਟਰਸ ਚੋਰੀ ਕਰ ਲਵਾਂਗਾ। ਕਹਿੰਦਾ ਕੰਮ ਨਹੀਂ, ਮੈਟਰਸ ਦੇ ਕੇ ਜਾਏਂਗਾ। ਸੋ ਖੱਡੀ ਮੈਂ ਇਦਾਂ ਦੇ ਮਤਲਬ ਦੇ ਸਤਾ ਹੋ ਗਿਆ, ਬੱਲੇ ਬੱਲੇ ਇਦਾਂ ਦਾ ਘਰ ਵੀ ਨਹੀਂ ਸੀ ਮਤਲਬ ਮੇਰਾ ਯਾਰ। ਫਿਰ ਇਹਦਾ ਮਤਲਬ ਜਿਹੜੇ ਬਾਕੀ ਦੇ ਕਹਿੰਦੇ ਤੂੰ ਕਹਿੰਦਾ ਦਫਾ ਹੋਇਓ ਤੁਸੀਂ, ਹੁਣ ਮੇਰੇ ਕੋਲ ਮੈਟਰਸ ਆ ਗਿਆ। ਆਬਵੀਅਸਲੀ ਯੂ ਹੈਵ ਡਨ ਦੈਟ, ਯੂ ਹੈਵ ਕਮ ਬੈਕ, ਯੂ ਹੈਵ ਗਾਣੇ ਲਿਖੇ, ਯੂ ਹੈਵ ਰਾਈਟ 3 ਫਿਲਮਸ, ਯੈਸ, ਯੂ ਹੈਵ ਕਮ ਬੈਕ ਐਂਡ ਦੈਨ ਯੂ ਰਿਲੀਜ਼ਡ ਦ ਸੌਂਗ। ਵੀ ਰਿਲੀਜ਼ਡ ਵਾਓ, I got stuck with a label which is a con. They tried to release Sherdi Push. Okay, you didn't release that. I didn't release that. It was through a label which promised me the world. They released the song, although pange pe gaye, hence na koi video aayi. A lyric video came out, that was it. But na koi video aayi, na mein koi promotion ki. So that was released after you came. That was after I came. Yeah. What did Maria suna Maria? Because obviously. The words to that are quite wow, okay. I'm trying to remember the bloody song now. Glassy kech cheta aana main tai ta bol gayi ki glassy piti hai e piti na aur pi fetan cheta ho raha jana. If you got a song, play a second. You've been out now two and a half years, isn't it? What's the public response been since I've seen you? I want to say the song, you know, when I came out with Sherdi Push, the bull si keda Sherdi Push nu hath la jao, yeah, hai na, which is a metaphor ke tusi phonki da jande aa, kon koi kush keh dega thonu, yeah, Punjabi kahawat ya, hai na, ke Sherdi Push nu hath la ke keda keda kehdi kehdi maag jana, so us hisab da oh vi andar hi geet likhya si main, theek hai, kyunki
ਮੈਂ ਤੁਹਾਨੂੰ ਹੋਰ ਗਾਣਾ ਸੁਣਾਉਂਦਾ ਐਕਚੁਅਲੀ ਫੋਰਗੇਟ ਸ਼ੇਡ ਦੀ ਦੋਸ 2 ਐਂਡ ਹਾਫ ਇਅਰਸ ਅਗੋ ਨਾ ਨਾ ਆਈ ਗਿਵ ਯੂ ਅਨਦਰ ਸੌਂਗ ਹੈ ਨਾ ਕਿਉਂਕਿ ਅੰਦਰ ਬਹਿ ਕੇ ਨਾ ਹੁਣ ਜਸਟ ਟੱਚਿੰਗ ਆਨ ਟੂ ਵੇਅਰ ਆਈ ਵਾਸ ਇਨਸਾਈਡ ਦ ਰੀਜ਼ਨ ਵਾਈ ਆਈ ਰੋਟ ਸ਼ੇਰ ਦੀ ਪੂਜ ਇਨ ਦ ਰੀਜ਼ਨ ਵਾਈ ਆਈ ਰੋਟ ਪਤਾ ਲੱਗਾ ਹੁਣ ਵਾਸ ਜੋ ਮੈਂ ਗੱਲਾਂ ਬਾਤਾਂ ਸੁਣਦਾ ਸੀ ਵਾਟ ਪੀਪਲ ਆਰ ਸੇਇੰਗ ਵਾਟ ਆਰ ਦੇ ਸੇਇੰਗ ਅਬਾਊਟ ਯੂ ਠੀਕ ਹੈ ਐਂਡ ਨਾਟ ਪਬਲਿਕ ਹਾਂ ਕਿਉਂਕਿ ਆਪਣੀ ਪਬਲਿਕ ਜੋ ਕਹਿੰਦੀ ਉਹ ਤਾਂ ਕਹਿੰਦੀ ਆ ਠੀਕ ਹੈ ਔਰ ਅੰਦਰ ਜਾਣ ਤੋਂ ਪਹਿਲਾਂ ਜਿੱਦਾਂ ਐਕ ਫੁੱਦੂ ਸੀ ਆਲ ਸੇ ਸਟ੍ਰੇਟ ਹੈ ਨਾ ਜੋ ਬਹੁਤ ਭੌਂਕਦਾ ਸੀ ਔਨ ਟਵਿੱਟਰ ਐਂਡ ਫੇਸਬੁੱਕ ਐਂਡ ਇੰਸਟਾਗ੍ਰਾਮ ਵੀ ਡੋਨਟ ਨੋ ਕੈਨ ਯੂ ਮੈਂਸ਼ਨ ਹਿਮ ਇੱਕ ਦੋ ਬੰਦੇ ਤੈਨੂੰ ਲਾਈਕ ਨੀ ਕਰਦੇ ਪਰ ਇੰਨੇ ਤੇਰੇ ਬੰਦੇ ਫੋਲੋ ਤੂੰ ਉਹਨਾਂ ਲਈ ਗੀਤ ਬਣਾ ਬਿਲਕੁਲ ਬਟ ਅੰਦਰ ਜਾ ਕੇ ਮੈਨੂੰ ਪਤਾ ਕਿ ਜੇ ਘਰ ਦੇ ਬੰਦੇ ਸੀ ਠੀਕ ਉਹ ਕਿੰਨਾ ਬੋਲਦੇ ਆ ਹੁੰਦਾ ਹੀ ਹੁੰਦੀ ਹੈ ਹੁੰਦੀ ਹੈ ਉਸ ਗੱਲ ਤੇ ਮੈਂ ਲਿਖਿਆ ਸ਼ੇਰ ਦੀ ਪੂਛ ਉਸ ਗੱਲ ਤੇ ਮੈਂ ਲਿਖੀ ਲਿਖਿਆ ਗੀਤ ਪਤਾ ਲੱਗਾ ਹੁਣ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਠੀਕ ਹੈ ਚੱਲ ਗਾਣਾ ਮੈਂ ਸਾਫ ਕਰੀ ਜਾਂਦਾ ਬੈਕਿੰਗ ਵੋਕਲਸ ਹੁੰਦਾ ਪਤਾ ਲੱਗਾ ਹੁਣ ਜਿਹੜੇ ਵੇਖ ਕੇ ਸੀ ਸੜਦੇ ਕਿਹੜੇ ਔਖੇ ਸਮਿਆਂ 'ਚ ਸਾਡੇ ਨਾਲ ਖੜਦੇ ਜਿਹੜੇ ਮੇਰੀ ਮਜਬੂਰੀ ਵਿੱਚ ਖਿੜ ਖਿੜ ਹੱਸੇ ਹੁਣ ਲੱਗਿਆ ਪਤਾ ਮੈਨੂੰ ਲੱਗਿਆ ਪਤਾ ਕਿਹੜੇ ਯਾਰ ਨੇ ਪੱਕੇ ਹੁਣ ਲੱਗਿਆ ਪਤਾ ਮੈਨੂੰ ਲੱਗਿਆ ਪਤਾ ਪਰਿਵਾਰ 'ਚ ਜੋ ਸੱਚੇ ਹੁਣ ਲੱਗਿਆ ਪਤਾ ਲੱਗਿਆ ਪਤਾ ਇੰਨਾ ਬੋਲਦੇ ਨੀ ਕੌਣਾ ਜਿਹੜੇ ਮੂੰਹ ਦੇ ਸੀ ਮਿੱਠੇ ਬੜੇ ਕਾਲੇ ਨੇ ਦਿਲਾਂ ਦੇ ਪਹਿਲਾਂ ਲੱਗਦੇ ਸੀ ਚਿੱਟੇ ਬੜੇ ਕਾਲੇ ਨੇ ਦਿਲਾਂ ਦੇ ਪਹਿਲਾਂ ਲੱਗਦੇ ਸੀ ਚਿੱਟੇ ਬਿਨਾ ਗੱਲੋਂ ਪੌਂਕੀ ਜਾਂਦੇ ਹੁਣ ਵਾਂਗ ਰੇ ਇਹ ਕੁੱਤੇ ਹੁਣ ਲੱਗਿਆ ਪਤਾ ਮੈਨੂੰ ਲੱਗਿਆ ਪਤਾ ਕਿਹੜੇ ਯਾਰ ਨੇ ਪੱਕੇ ਹੁਣ ਲੱਗਿਆ ਪਤਾ ਮੈਨੂੰ ਲੱਗਿਆ ਪਤਾ ਪਰਿਵਾਰ 'ਚ ਜੋ ਸੱਚੇ ਹੁਣ ਲੱਗਿਆ ਪਤਾ ਪੱਲੇ ਬਣਨਾ ਗੱਲ ਮੈਂ ਗਾਇਆ ਤੇਰੇ ਲਈ ਤੂੰ ਮਿਲੀ ਗਾਇਆ ਯੂ ਨੋ ਲਿਸਨ ਟੂ ਦੈਟ ਸੌਂਗ ਇਟ ਗੋਸ ਬੈਕ ਇਟ ਰਿਮਾਈਂਡਸ ਮੀ ਫੀਲਿੰਗ ਇਟਸ ਕਾਲਡ ਫੀਲਿੰਗ ਬੈਕ ਇਨ ਦ ਟਾਈਮ ਲਾਈਕ ਸੋ ਵੈਨ ਕੁਲਦੀਪ ਮਾਨਕ ਵੁੱਡ ਸਿੰਗ ਮੀਨਿੰਗਫੁਲ ਸੌਂਗਸ ਦੈਟ ਉਹਦੇ ਮੈਸੇਜ ਸੀ ਪਿੱਛੇ ਦੇ ਕਹਾਣੀ ਜਿੱਦਾਂ ਸੀ ਵਾਲਾ ਇਹਦੇ ਵਿੱਚ ਕਹਾਣੀ ਹੈ ਇਹਦੇ ਵਿੱਚ ਆਬਵੀਅਸਲੀ ਬਹੁਤ ਯੂ ਸਖਤ ਮੈਸੇਜ ਯੂ ਟੇਕਨ ਯੂਰ ਟਾਈਮ ਬੈਕ ਐਂਡ ਯੂ ਸੈਟ ਬੈਕ ਐਂਡ ਐਵਰੀਥਿੰਗ ਨਾਓ ਯੂ ਕਮ ਬੈਕ ਮੈਂ ਪਤਾ ਹੀ ਇੱਕ ਦਿਨ ਜਿਹੜਾ ਰਾਤ ਨੂੰ ਮੈਂ ਘਰ ਫੋਨ ਕੀਤਾ ਮਾਈ ਵਾਈਫ ਟੋਮ ਕਿ ਆਹ ਪ੍ਰੋਬਲਮ ਪਿਆ ਹੋ ਐਂਡ ਮੈਨੂੰ ਸਾਰੀ ਰਾਤ ਨੀਂਦ ਨਹੀਂ ਆ ਮੈਂ ਉਸ ਰਾਤ ਨੂੰ ਇਹ ਗੀਤ ਰੱਖਿਆ okay and they go so you had something to diversify your mind yeah your frame of mind inside chalo stepping forward again now you've got your new song out yes smile oda dasanu thodi ja hun hasda chal sa jena jo hona to hona hi hai kare sahi gal hai eh gaan ke thodi mar ja eh main geet actually likhya pehla si but assi video vi record kiti si in monaco and cannes okay. in october And for whatever reason, as you saw, just around Christmas when everyone's sitting at home. Right. Us time to kar do gaye, but for whatever reason, video ready nahi hoi. To see back burner te rakhta si, but chalo hum fir kar do gaye geet nu. Pehla kuch bhangde pungde wala kar diya for wedding season. Yeah. But, you know, hum ki keh sakde hun, rab de rang gaya. Corona came, main kya hone time hone hai geet kar dunga, because a lot of people have gone through hard times. ਨਹੀਂ ਜੋ ਕਰੋਨਾ ਦੇ ਨਾਲ ਹੋਇਆ ਫਾਈਨੈਂਸ਼ਲੀ ਵਟਐਵਰ ਸੋ ਮੈਂ ਕਿਹਾ ਦਿਸ ਇਜ਼ ਅ ਨਾਈਸ ਟਾਈਮ ਨਾਲੇ ਮੈਸੇਜ ਵੀ ਵਧੀਆ ਆਇਆ ਮੇਰੇ ਹਿਸਾਬ ਨਾਲ ਬਾਕੀ ਤਾਂ ਉਸੀ ਦ ਪਬਲਿਕ ਐਂਡ ਯੂ ਗਾਇਸ ਕੈਨ ਸੇ ਵੀ ਵੀ ਯਾ ਯਾ ਇਟਸ ਅ ਥੋੜਾ ਜਿਹਾ ਹੈਪੀ ਫੀਲਿੰਗ ਸੌਂਗ ਹੈ ਨਾ ਆਈ ਥਿੰਕ ਵੀ ਇਟਸ ਵਨ ਆਫ ਦੀ ਸੌਂਗਸ ਯੂ ਕੈਨ ਯੂ ਡਰਾਈਵਿੰਗ ਅਲੋਂਗ ਰੂਫਸ ਆਫ ਯਾ ਸਨਗਲਾਸਿਸ ਔਨ ਯੂ ਨੋ ਜਸਟ ਐਂਡ ਦ ਇਮੇਜਰੀ ਇਜ਼ ਦੈਟ ਦੈਟਸ ਵਾਟ ਵੀ ਵੈਂਟ ਟੂ ਸਾਊਥ ਆਫ ਫ੍ਰਾਂਸ This actual whole... I thought there was seaside somewhere here. Yeah. I was trying to figure out where it was. I wish there's a seaside like that here, honestly. This whole thing, this corona thing, has actually put a lot of doom and gloom on obviously the whole world itself, you know? But obviously, like you said, you need
ਲਾਈਟ ਦੇ ਅੰਦਰ ਠਾਣਾ ਐਬਸੋਲੂਟਲੀ ਚਮੜੇ ਸੁਣਾ ਗਾਣਾ ਇਦਾਂ ਹੀ ਕਰਕੇ ਰੰਗ ਰਿੰਗੀਲੀ ਦੁਨੀਆ ਮਿੱਤਰਾ ਰੰਗ ਰਿੰਗੀਲੀ ਦੁਨੀਆ ਮਿੱਤਰਾ ਰੰਗ ਰਿੰਗੀ ਲੈ ਲੋਕ ਹੱਸਦਾ ਚੱਲ ਸਜਣਾ ਮਾੜਾ ਚੰਗਾ ਜੋ ਹੋਣਾ ਹੈ ਨਹੀਂ ਕੋਈ ਸਕਦਾ ਰੋਕ ਹੱਸਦਾ ਚੱਲ ਸਜਣਾ ਹੱਸਦਾ ਚੱਲ ਸਜਣਾ ਕੱਲਾ ਹੀ ਇੱਥੇ ਆਇਆ ਮਿੱਤਰਾ ਕੱਲਿਆਂ ਨੇ ਤੁਰ ਜਾਣਾ ਦਾਣੇ ਦਾਣੇ ਤੇ ਲਿਖਿਆ ਜਿੰਨਾ ਲਿਖਿਆ ਓਨਾ ਹੀ ਖਾਣਾ ਦੌਲਤਾਂ ਪਿੱਛੇ ਭੱਜਿਆ ਫਿਰਦਾ ਪੈਸੇ ਪਿੱਛੇ ਭੱਜਿਆ ਤੇਰੇ ਨਾਲ ਨੀ ਜਾਣੇ ਨੋਟ ਹੱਸਦਾ ਚੱਲ ਸਜਣਾ ਹੱਸਦਾ ਚੱਲ ਸਜਣਾ ਬਿਊਟੀਫੁਲ ਐਬਸੋਲੂਟਲੀ ਬਿਊਟੀਫੁਲ ਜਿਹੜੀ ਗੱਲ ਨਾ I bumped into somebody, I was mentioning it was, ਅੱਜ ਤੂੰ ਗੱਲ ਕਹੀ ਆ ਪੈਸੇ ਮਗਰ ਨੱਠਦਾ ਫਿਰਦਾ ਕੁਛ ਨਹੀਂ ਨਾਲ ਲੈ ਕੇ ਜਾਣਾ I spoke to somebody yesterday and they said exactly the same thing, you know, ਹੁਣ ਲੋਕਾਂ ਨੂੰ ਆ ਅੱਖਾਂ ਖੁੱਲ ਗਈਆਂ ਅੱਗੇ ਸੀਗੇ ਮੈਂ ਆਹ ਕਰ ਲੈਣਾ ਮੈਂ ਫੈਕਟਰੀ ਕਰਨੀ ਮੈਂ ਆਹ ਕਰਨਾ ਸੀਗਾ ਦੋਜ਼ ਪੀਪਲ ਸਾਡਾ ਤੂੰ ਮੈਂ ਕਰੀ ਤਾਂ ਜਾਂਦਾ ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਵਿਦ ਦਿਸ ਕੋਈ ਇਲਾਜ ਨਹੀਂ ਕਰ ਕਦ ਲਈ ਇਸ ਗੱਲ ਤੋਂ ਮੈਂ ਹਾਲੇ ਡਰਦਾ ਹਾਂ ਹਾਲੇ ਕਿਸ ਨੇ ਮਤਲਬ ਸਪੀਡ ਰੈਕੋਰਡਸ ਨੇ ਗੀਤ ਕੱਢਿਆ from india so she got the release from india to hana hana par mainu is gal da darr si ke lokan ne kehna hai jail jo aaya aap putthe kaam karde reha hone nu akal aa gayi but this is the whole thing it's exactly the same thing it's just like this is why this interview was very important for you to actually come and tell us what happened hana baki manana manana we can't force people to do that but what I've got to say hana to all our viewers who are watching at this present moment I respect you for coming out not hiding hana you've actually done very well inside with that film wala kya gaane likhe ya and you've come here and you've open heartedly pata lagda dil saaf ho gaya lokda the ni ga I bumped into me tasi dumuse wala show darda uthya sidha te pusya marda hi class darda lokda phir darda te ek cheez to darda kuli khere de garage to utho dar lagda nahi oh nahi ohnu like karda actually main tonu fauji di gal sunauna suna hana kyunki tusi ta tada nana fauji siga hai ki nahi ਪਰ ਸਾਡਾ ਜਿਹੜਾ ਪੱਪੂ ਚਾਚਾ ਹੈ ਨਾ ਇਹ ਵੀ ਇਹਦਾ ਵੀ ਗਾਹਾਂ ਜਿਹੜਾ ਚਾਚਾ ਉਹ ਫੌਜੀ ਸੀ ਔਰ ਤੈਨੂੰ ਪਤਾ ਜਿਹੜਾ ਸੈਕਿੰਡ ਵਰਲਡ ਦੇ ਵਿੱਚ ਜਿਹੜੇ ਜਰਮਨ ਦੀਆਂ ਕਮਿਊਨੀਕੇਸ਼ਨ ਤਾਰਾਂ ਸੀਗੀਆਂ ਉਹਨੇ ਤੋੜੀਆਂ ਸੀਗੀਆਂ ਰਾਈਟ ਬਹੁਤ ਬਹਾਦਰੀ ਦੀ ਗੱਲ ਹੈ ਆਪਣੇ ਬੰਦੇ ਨੇ ਪੱਪੂ ਚਾਚੇ ਦੇ ਚਾਚੇ ਨੇ ਪੱਪੂ ਚਾਚੇ ਦੇ ਚਾਚੇ ਨੇ ਜਰਮਨ ਦੀਆਂ ਯਾਨੀ ਕਿ ਕਮਿਊਨੀਕੇਸ਼ਨ ਤਾਰਾਂ ਉਹਨੇ ਜੋੜੀਆਂ ਕਿੱਦਾਂ ਤੋੜੀਆਂ ਕਿਉਂ ਜੋ ਜਰਮਨ ਦੇ ਜਿਹੜੇ ਮੈਸੇਜ ਸੀਗੇ ਅਗਰ ਉਹ ਪਹੁੰਚਦੇ ਤਾਂ ਸਾਰੀ ਦੁਨੀਆ ਤਬਾਹ ਸੀ ਲੇਕਿਨ ਉਸ ਇਨਸਾਨ ਨੇ ਬੜੀ ਯਾਨੀ ਕਿ ਹਿੰਮਤ ਕਰਕੇ ਉਹਦੀਆਂ ਤਾਰਾਂ ਜੋੜੀਆਂ ਕਿਸੇ ਦਾ ਸਾਥ ਨਹੀਂ ਲਿਆ ਕਿਸੇ ਦੀ ਮਦਦ ਲਈ ਉਹ ਇਕੱਲੇ ਜਾ ਕੇ ਉਹਨਾਂ ਦੀਆਂ ਤਾਰਾਂ ਕੱਟੀਆਂ ਪੁੱਛੋ ਕਿੱਦਾਂ ਉਹਨਾਂ ਦਾ ਕਬੂਤਰ ਭੁੰਨ ਕੇ ਖਾ ਗਿਆ ਕਰ ਲਓ ਗੱਲ ਧੰਨਵਾਦ ਦਾ ਕਬੂਤਰ ਹਾਂਜੀ ਆ ਜਿਹੜੀ ਲੇਟੈਸਟ ਨਿਊਜ਼ ਆਪਣੀ ਅਸਲਾ ਖੁੱਲ ਗਿਆ ਹੱਸ ਸਕਦੇ ਹੋ ਉਹ ਸੀਰੀਅਸ ਹੋ ਗਿਆ ਜਿਹੜਾ ਉਹ ਸੀਰੀਅਸ ਹੋ ਗਿਆ ਯਾਰ ਆਪਣੇ ਪੰਜਾਬੀ ਬੰਦੇ ਤਾਕਤ ਦੇ ਆਏ ਹੁਣ ਠੋਕੇ ਹੁੰਦਾ ਫਨੀ ਸਾਹਿਬ ਬਾਕੀ ਜਿਹੜੀ ਆਪਣੀ ਇੰਡੀਅਨ ਗਵਰਨਮੈਂਟ ਨੇ ਜਿਹੜਾ ਪਾਕਿਸਤਾਨਾਂ ਦਾ ਕਬੂਤਰ ਫੜਿਆ ਆਇਆ ਡਿਡ ਯੂ ਹੀਅਰ ਅਬਾਊਟ ਦੈਟ ਵਨ ਨੋ ਅਪੈਰੈਂਟਲੀ ਪਾਕਿਸਤਾਨ ਤੋਂ ਕਬੂਤਰ ਆਇਆ ਸੀਗਾ ਇੱਧਰ ਆਪਣੇ ਇੰਡੀਆ ਸਾਈਡ ਵੱਲ ਆਪਣੀ ਗਵਰਨਮੈਂਟ ਨੇ ਫੜ ਲਿਆ ਉਹ ਕਹਿੰਦੇ ਇਹ ਆਇਆ ਆ ਸਪਾਈ ਮਿਸ਼ਨ ਤੇ ਉਹਨਾਂ ਨੇ ਫੜ ਕੇ ਉਹਨੂੰ ਕੈਦ ਕੀਤਾ ਆ ਕਬੂਤਰ ਨੂੰ ਦੇਵ ਕੌੜੀ ਮੰਡਲ ਲੱਕੀ 24 ਆਵਰ ਗਾਰਡ ਇਹ ਸਪਾਈ ਮਿਸ਼ਨ ਆ ਉਹਦੇ ਪੈਰ ਨੂੰ ਬੰਨਿਆ ਸੀਗਾ ਟੈਲੀਫੋਨ ਨੰਬਰ ਤਾਂ ਬੰਦੇ ਦਾ ਨਾਂ ਉਹ ਸਪੋਜ਼ ਟੂ ਬੀ ਹਿਸ ਗਾਈ ਜਿਹਦੇ ਥੱਲੇ ਆ ਅੱਛਾ ਉਹ ਬੰਦਾ ਰਿਐਲਿਟੀ ਇਜ਼ ਉਹ ਪਾਕਿਸਤਾਨ ਜਿੱਦਾਂ ਕਬੂਤਰ ਇਨ ਇੰਡੀਆ ਪਾਕਿਸਤਾਨ ਹੈਗਾ ਰਿਵਾਜ ਕਬੂਤਰ ਰੱਖਦੇ ਆ ਜਿਹਦੇ ਬੰਦੇ ਦਾ ਕਬੂਤਰ ਸੀ ਉਹਦਾ ਨਾਂ ਤਾਂ ਉਹਦਾ ਫੋਨ ਨੰਬਰ ਸੀ ਵੀ ਕਬੂਤਰ ਗਵਾ ਜਿਓ ਮੈਨੂੰ ਮੋੜ ਜਿਓ ਐਂਡ ਦੈਨ ਯੂ ਨੋ ਫੁੱਲ ਇਨਵੈਸਟੀਗੇਸ਼ਨ ਓਕੇ 20 ਕੁਐਸਚਨਸ ਨਾਨ ਸਟਾਪ ਠੀਕ ਆ ਆਫ ਦ ਕਫ ਰੈਡੀ ਮੇਜ਼ਵਾ ਤੂੰ ਤੈਨੂੰ ਓਕੇ ਜੀ ਤੁਸੀਂ ਕਰ ਨਹੀਂ ਨਹੀਂ ਓਕੇ ਫੇਵਰਿਟ ਐਕਟਰ ਇੰਡੀਅਨ ਔਰ ਇੰਗਲਿਸ਼ ਜਿਹੜਾ ਮਰਜ਼ੀ ਅਮੀਰ ਖਾਨ ਅਮੀਰ ਖਾਨ ਓਕੇ ਫੇਵਰਿਟ ਐਕਟਰਸ ਬੋਲੇ ਫॉर ਐਕਟਿੰਗ ਐਬਿਲਿਟੀਜ਼ ਉਹ ਤਾਂ ਦੈਟਸ ਵਾਈ ਦੈਟਸ ਵਾਈ ਟੂ ਥਿੰਕ ਟਵਾਈਸ ਓਕੇ ਵਨ ਫॉर ਯੂ ਐਕਟਿੰਗ ਐਬਿਲਿਟੀਜ਼ ਵਨ ਫॉर ਨਾਨ ਐਕਟਿੰਗ ਨੋ ਜਸਟ ਡੂ ਦੀ ਐਕਟਿੰਗ ਐਬਿਲਿਟੀਜ਼ ਫੇਵਰਿਟ ਐਕਟਰਸ ਹਾਂਜੀ
ਇੰਨਾ ਚਿਰ ਯਾਰ ਸੱਚੀ ਯਾਰ ਆਉਣ ਦੇ ਕਦੇ ਸੋਚਿਆ ਨਹੀਂ ਪਤਾ ਨਹੀਂ ਤਾਂ ਹੀ ਤਾਂ ਤੈਨੂੰ ਸਵਾਲ ਪੁੱਛਣ ਦੇ ਸ੍ਰੀ ਦੇਵੀ ਸ੍ਰੀ ਦੇਵੀ ਕੀ ਬਾਤ ਹੈ ਨਗੀਨਾ ਓਕੇ ਫੇਵਰਿਟ ਫੂਡ ਕੁਇਕਲੀ ਫੇਵਰਿਟ ਫੂਡ ਚਿਕਨ ਇਨ ਮਾਈ ਬ੍ਰੈਡ ਨੋ ਆਈ ਲਾਈਕ ਮਹਾ ਦੀ ਦਾਲ ਓਏ ਕੀ ਬਾਤ ਹੈ ਓਕੇ ਫੇਵਰਿਟ ਬਾਲੀਵੁੱਡ ਮੂਵੀ ਇਟ ਹੈਸ ਟੂ ਬੀ ਦ ਵਨ ਐਂਡ ਓਨਲੀ ਯੂ ਆਰ ਨੋ ਯੂ ਟਾਕਿੰਗ ਅਬਾਊਟ ਸ਼ੋਲੇ ਰਾਈਟ ਬਟ ਨੋ ਆਈ ਵੁਡਨਟ ਸੇ ਦੈਟ ਸ਼ੋਲੇ ਇਸ ਅ ਗੁੱਡ ਯਾ ਫॉर द फर्स्ट क्वेश्चन ਦਿਸ ਇਜ਼ ਗੋਇੰਗ ਰੀਲੀ ਸਲੋ ਹੈ ਇਸ ਇਟ ਯਾ ਹੁਣ ਹੁਣ ਥੋੜਾ ਜਿਹਾ ਆ ਪੀ ਕੇ ਥੋੜਾ ਜਿਹਾ ਕੰਮ ਸਲੋ ਹੋ ਜਾਂਦਾ ਆਉਣ ਦੇ ਥੋੜੇ ਮਸਤੀ ਦੇ ਵਿੱਚ ਨੇ ਅੱਛਾ ਫਿਰ ਹਾਂ ਯੂ نو ਆਈ ਐਸ ਅ ਗੇਮ ਚੇਂਜਰ ਯਾ ਦਿਲ ਵਾਲੇ ਦੁਲਹਨੀਆ ਲੈ ਜਾਂਗੇ ਵਾਸ ਅ ਗੇਮ ਚੇਂਜਰ ਆਈ ਥਿੰਕ ਓਕੇ ਫੇਵਰਿਟ ਕਲਰ ਬਲੂ ਬਲੂ ਹਾਂ ਵਾਹ ਬਲੂ ਜੀਨਸ ਇਨ ਫੇਵਰਿਟ ਕਾਰ ਆਪੇ ਆ ਮੀਨ ਆ ਗਾਟ ਬੋਇਸ At this moment in time, a Urus, Lambo Urus. Kya baat hai? It's everything can okay. go. Favorite sport? Footy. Footy. Favorite football team? Liverpool. Never that, walk alone. That the season's going to be cancelled okay. because of the coronavirus. Favorite drink? As in sharab? Jedi Bhaji? Sharab. Peg Shag. Bugyadi? Glenfiddich. Oh yeah, Glenfiddich. Okay. Favorite TV serial English? English, I would say Prison Break. That's a good one, God. That's a good one, isn't it? Okay, favorite footwear? Trainers. Tu khane ya? Okay, favorite food? Fruit kya Fruit? Haan. No. Hadwana? Watermelon? How did you say that? You thought it. Okay. Favorite fast food? Favorite fast food? KFC. KFC. What mausam kitna changa lagda? What weather do you like? Top. Favorite pet? Chicken. I got a little billy. Her name is Simmy. Shabash. Favorite phone? Huh? Phone? Keda? Samsung, iPhone? Keda? Asi iPhone wale hai. iPhone. Khana phone, okay. Hun aa ta sara ne hona. Dasna pehna. What's your favorite cartoon? Cartoon? Haan. Oh bloody hell, there's loads I used to watch. Ek ta honi hai. Tenchar's got the one and only. What do you think? Tom and Jerry. Tom and Jerry? I see, I did think that, but then I thought the Flintstones. Yeah, they got that, yeah. The Flintstones. Favorite music? Bangla. I'm going to say Punjabi music because I don't like referring to Punjabi music as Bangla. Because Punjabi music. Punjabi music, you can put any genre to it. Okay. Favorite jewelry? ਕਾਲੀ ਗਾਨੀ ਜੱਟੀ ਨੇ ਜੱਟ ਨੇ ਛੜਦੇ ਓਕੇ ਐਂਡ ਯੂਰ ਆਲ ਟਾਈਮ ਫੇਵਰਿਟ ਸਿੰਗਰ ਮੇਲ ਐਂਡ ਫੀਮੇਲ ਮੇਲ ਆਲ ਡੇ ਲੌਂਗ ਇਜ਼ ਗੁਰਦਾਸ ਮਾਨ ਕੀ ਬਾਤ ਦੇਰਸ ਅ ਲੋਟ ਆਫ ਆਰਟਿਸਟਸ ਆਊਟ ਦੇਰ ਹੂ ਲੁੱਕ ਅਪ ਟੂ ਕੁਲਦੀਪ ਮਾਣਕ ਸਾਹਿਬ ਵਿਚ ਆਈ 100% ਡੂ ਐਸ ਵੈਲ ਠੀਕ ਬਟ ਆਈ ਗਰੂ ਅਪ ਔਨ ਗੁਰਦਾਸ ਮਾਨ ਐਂਡ ਲਿਸਨਿੰਗ ਟੂ ਹਿਸ ਸੌਂਗਸ ਹਿਸ ਲਿਰਿਕਸ ਐਂਡ ਉਸੇ ਸਾਹਿਬ ਨਾਲ ਗੀਤ ਮੈਂ ਵੀ ਲਿਖਿਆ ਕਿ ਕੋਈ ਸਟੋਰੀ ਬਣਦੀ ਹੋਵੇ ਜਾਂ ਕੋਈ ਮੈਸੇਜ ਜਾਂ ਕੁਛ ਨਾ ਕੁਛ ਹੋਵੇ ਫੀਮੇਲ ਯੂ ਨੋ ਆਮ ਗੋਇੰਗ ਬੈਕ ਟੂ ਮਾਈ ਚਾਈਲਡਹੁੱਡ ਓਕੇ ਕਾਲੀ ਮਨੋਗ ਮੈਨ ਓਏ ਹੋਏ ਓਕੇ ਕਾਲੀ ਯੂ ਸ਼ੁਡ ਬੀ ਸੋ ਲੱਕੀ ਵੀ ਆਰ ਗੋਇੰਗ ਟੂ ਟਵਿਸਟ ਇਟ ਅ ਲਿਟਲ ਬਿਟ ਨਾ ਯੂਰ ਫੇਵਰਿਟ ਸਿੰਗਰ ਇਜ਼ ਗੁਰਦਾਸ ਮਾਨ ਐਬਸੋਲੂਟਲੀ ਸਾਨੂੰ ਕੋਈ ਗੁਰਦਾਸ ਮਾਨ ਦਾ ਗਾਣਾ ਸੁਣਾ ਦੇ ਵਾਓ ਇਟਸ ਦ ਮੇਨ ਵਨ ਇਜ਼ਨਟ ਇਟ ਆਰ ਦ There's too many main songs. I know, but everyone knows this one, right? So, the good thing with, you know what, just before I get into the song, a lot of people say, ke banda uchi gaunda ya, bahut badhiya gaunda ya, hana je tusi neeme gaunde, udda hi gaunde, whatever the situation might be. But if you look at Gurdas Mann as a singer, he goes from one octave to the other octave, and back down, and then back yeah. up. Yeah. Hana, kai artists mein ke ethe hi gauna, kai artists. Ek sorte. Yeah. Yeah. And that's, I don't think he gets the credit he deserves. Absolutely. Yeah, because he's got the versatility. And that's what I love him anyway. So I'm probably biased, but anyway. Tell us enough. Hold it. Ho jao ni koi mod liya wo. Ni mere naal gaya aaj ladke. ਸੋਣਾ ਦੇ ਮਾ
ਜਾਨ ਕਦਮਾਂ ਵਿੱਚ ਤੜਕੇ ਓ ਛੱਲਾ ਬੇਰੀ ਬੂਰੇ ਵੇ ਵਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਊਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਲਾਇਆ ਛੋਰਾ You know something, Fozzy, on a personal level, I think your voice has actually matured a lot over the years. Really, honestly, you know, you've become really powerful. Thank you. And you know what? Paramatma tenu den dugni raat chogni kamyabi bakshe. The other thing we're going to go about, you're back now. See, with this coronavirus thing, all shows are at a standstill. I used to always, I've seen your shows where you've performed with us, me as well on stage. One thing I got to say, when you're on the stage, you're a bloody good entertainer. And not, there's singers and there's entertainers, yeah? There's some singers that can't entertain full stop. Yeah. They can sing, yeah? But you've gone on that stage and you've grabbed everybody by the shoulders. And you've had the meeting at your palm of your hands like this. I enjoyed it so much. Honestly, Minun Chit, only the last show I actually done. I remember doing a show with you. It was in London somewhere. Going back. Right. You was performing. I was DJing. You came on. You said, like, you started your show next. You said, right, I just want to say a few thank yous, yeah? And I thought this was bloody hilarious. I was going to say something else first. Bloody hilarious. You took this thing out. He goes, I'm just going to say a little word. And you let it go. It was like a toilet roll with names on it. List. And I still remember that to this day. Okay, that was a Bhangra Awards or something like that, wasn't it? It was a wedding. Was it a wedding? It was a wedding. Some other putra. Anji. Maybe it's the last one, but you know, obviously, before you hit that period of time when you obviously got in trouble, whatever. Yeah. You were at your peak then. Yeah. Right. So let's just imagine that never happened. Okay, that time never happened. Mm-hmm. Where do you reckon you would have been now? See, look. If you look at social media now, you got all these artists coming up with these videos and instas and posts and stuff like that. I was doing that back then, and also time the YouTube and Insta wasn't big, right? So guys, 5 years ago I've missed out on that, really, like and that hontusi Emmy work dekh lo, he's doing cover versions of other people's songs and everyone's loving it. It's absolutely brilliant. Yeah. He's doing he's getting such a big following from it. I was doing that back then. In 2014, we went to Cancun, and I didn't do a cover. I did. I was a bit, but I done a Chamkila cover at the time, just messing about, sitting in the bedroom and all. But I also done 6 parts on 6 separate days of me having a good time in Cancun. And just made up a stupid. I mean, Gana Chetavani is on some Twitter feed somewhere. Main us time te oh cheez kar rahi si, and I think the main period ke jithe Twitter, Instagram, YouTube went was the period that I missed out. That you missed out. Yeah. But ita rabbi jane hon where I would have been, where I wouldn't have been. I can't say that. But thode idea hunda la. Par main na keh sakda ke main apne maade time de vich I would say not maada time, because changa bhi time si. But the stresses I had along with it, you know? So ek passe investigation, ek passe arrest mein ho gaya. But dujje passe mein bondal gaya tour kita dafa ho gaya. My career got somewhere. So there was I literally had that at the same time, you know? As time there, I've not got any tension. Main film likh raha, gaane likh raha. Te eh ta baaki hun rab te. Have you jehdi hum film likhi ha, ohde casting bare socha hai ke? ਆਦੇ ਸਾਡਾ ਹੈ ਨਾ ਵਿੱਚ ਕੰਗਣ ਵਾਲਾ ਚਾਹੀਦਾ ਹੈ ਰਿਗਾਰਡਿੰਗ ਅਦਰ ਪ੍ਰੋਜੈਕਟਸ ਹੁਣ ਮੈਂ ਅਮਨ ਹੇਰ ਭਾਜੀ ਨਾਲ ਗੀਤ ਕਰ ਰਿਹਾ ਓਕੇ ਮੁਕਤਾ ਸਹੋਟ ਦੇ ਨਾਲ ਕਰ ਰਿਹਾ ਰਾਈਟ ਮੈਂ 2-4 ਸੂਫੀ ਗੀਤ ਵੀ ਲਿਖੇ ਆ ਓਕੇ I don't know whether I should say this but it's happened but ਹੁਣ ਗਾਣਾ ਰੈਡੀ ਕਰ ਹੋ ਰਿਹਾ ਆ ਬਟ ਨੂਰਾ ਸਿਸਟਰਸ ਕਿਸਨਾ ਨਹੀਂ ਕਰਦੀਆਂ Okay. I phoned them up. Says main geet ya de gazi duet nahi karde main keh main manda tusi oh je geet te nahi karde par ek wari sun lo je thonu theek lagge action je na theek lagya to yeah no problem they heard it we're ready to do it
Onan already vocal kitta to a song. But as a duet. You heard it first time. First time. It's true, Max. The mix me and him. A glassy lagi ta is all coming out, but I've not actually dropped their name to anybody in the public eye. Excellent. So there's a lot of exciting things happening. Desi crew are doing a song for me now. Ah, okay. Called Hench Jata. Okay. So yeah, there's a films in between. Excellent. The one of the guys, director, producer of oh my god. Chalamirapot. Okay. He's here. He was in there. Was he? I was in the first one. Okay. Yeah, he was in so there. He's I was just a waiter. So we've spoken and Wait. So we've spoken, so I'm writing something for him. Again, Minu Ohi Panga Fair Pagya. You're going in again? I've not got enough time to do everything. Can I? Because, but some of them are saying, I've got to do it. There's a lot of things happening. Folk, so really, you've come back bigger and better. Better tahle pata nahi. Well, jehdi hun itni cheeza tusi bigger ta main unna kahi ya jinna obviously how much people love me. I'm not bigger than anybody. Ek gal yaad aa. Jadon na when I last saw you, tere baal kafi chade sige. Acha? Aur someone made this comment on one of my YouTube videos. Oh, you went to really prison. You got a hair transplant. Kehda sa chap chida hair transplant clinic lag gaya. Main bas rakh le bas de that much longer now. That's it. Oh je ehi gall ya. Main bhi 2-3 saal la ke una utthe. Mainu bhi bhej do. Hai? Main tere jaayo na. Aa de. Tere kanna. There's no secret. Kanna de vadhi jane ya. Listen, Fauji, it's absolutely brilliant. You're back. Your new single's out and everything. It's been a pleasure talking to you. But glassy tu makai nahi teri beer da head vi thalle ho gaya main hun te glassy baatein any message to all your fans out there message bas enna hai ke sare nu thank you I'm not going to say nothing else I'm thoda thank you karda jinna pyar mainu is geet da milya jinne badhiya comment aaye si marketing actually pakistan vi kiti aa okay te jinna response pakistan to vi aa reha aa it's psh, over my head fantastic honestly fantastic. Thank you bas jinna ne support kiti aa thank you ਜਿਹਨੇ ਨਹੀਂ ਵੀ ਕੀਤੀ ਤੁਹਾਡਾ ਵੀ ਥੈਂਕ ਯੂ ਸੋ ਅਸੀਂ ਹੁਣ ਤੁਹਾਨੂੰ ਇੱਕ ਵਾਰੀ ਇੱਕ ਸਵਾਲ ਪੁੱਛਣਾ ਕਿਉਂਕਿ ਇਹਦਾ ਇਸ ਓਬਵੀਅਸਲੀ ਹੁਣ ਤੁਸੀਂ ਪਹਿਲੀ ਵਾਰੀ ਆਏ ਆ ਆਪਣਾ ਤੁਸੀਂ ਸਾਰਾ ਸਿਚੁਏਸ਼ਨ ਦੱਸਿਆ ਵੀ ਕੀ ਹੋਇਆ ਕੀ ਨਹੀਂ ਹੁਣ ਜਿਹੜੀ ਗਾਹਾਂ ਪਰਮਾਤਮਾ ਨੇ ਤਰੱਕੀ ਦੇਣੀ ਆ ਹਾਂਜੀ ਜਦੋਂ ਤੁਹਾਡੀ ਫਿਲਮ ਰਿਲੀਜ਼ ਹੋਈ ਤਾਂ ਉਸ ਵੇਲੇ ਸਾਡੀ ਇੱਕ ਇੰਟਰਵਿਊ ਜ਼ਰੂਰ ਬਣਦੀ ਆ ਪਹਿਲਾਂ ਤੂੰ ਫਿਲਮ ਰਿਲੀਜ਼ ਹੋਣ ਦੇ ਪਹਿਲਾਂ ਪਾਰਟ ਜਦੋਂ ਬਣਾਉਣੀ ਆ ਪਾਰਟ ਉਹਦਾ ਤੇਰਾ ਹੀ ਹੈ ਨਾ ਸਾਨੂੰ ਨਾਲ ਲੈ ਕੇ ਜਾਣਾ ਜੇ ਰੱਬ ਨੇ ਕੀਤਾ ਸੀ ਬਣਾਈ ਹਾਂ ਫਿਰ ਜਿਹੜੇ ਬਿਹਾਈਂਡ ਦੀ ਸੀਨਸ ਫੁਟੇਜ ਵਗੈਰਾ ਸੀ ਉਹ ਪ੍ਰੋਗਰਾਮ ਬਣਾਇਓ ਠੀਕ ਹੈ ਨਹੀਂ ਉਹ ਬਣਾਉਣਾ ਪਰ ਸਾਨੂੰ ਪਾਰਟ ਵੀ ਚਾਹੀਦਾ ਪਾਰਟ ਤਾਂ ਬਣ ਜਾਊਗਾ ਪਾਰਟ ਦਾ ਇੱਕ ਵਾਰ ਤੁਹਾਨੂੰ ਦੱਸ ਦਿੰਦਾ ਹੁਣ ਅਸੀਂ ਵੀ ਦੱਸ ਦਿੰਦੇ ਆ ਵੀ ਇੱਕ ਫਿਲਮ ਆ ਰਹੀ ਹੈ ਵਿਚ ਸ਼ੁਡ ਕਮ ਆਊਟ ਇਨ ਮਈ ਯੈਸ ਜਿਹਦੇ ਵਿੱਚ ਮੈਂ ਪਾਰਟ ਕੀਤਾ ਠੀਕ ਹੈ ਉਹ ਫਿਲਮ ਹੈਗੀ ਪੁਰਾਣੀਆਂ ਦਫਾ ਕਰੋ ਓਕੇ ਸੋ ਆਈ ਵਾਸ ਵਿਦ ਕਰਮਜੀਤ ਅਨਮੋਲ ਕੁਲਵਿੰਦਰ ਬਿੱਲਾ ਹਾਬੀ ਸੰਘਾ ਸਾਜਨ ਹੁਣੀ ਮਿਸਟਰ ਸੰਘਾ ਹਿਮਸੈਲਫ ਯਾ ਅਫਸਾਨਾ ਸਿੰਘ with them and they were a big star cast for me theek and like you said jadon na main ja ke baithe unna de vich I thought nahi it mere ko nahi hona ga I can't do it Baljinder he said nahi you rock it and Fauji as he said one take yeah well done. So look forward to that guys super coming hopefully very soon listen it's been a pleasure Fauji talking to you absolutely you. Brilliant great to have thank you back you, you know darling. I listen forget about anybody else whether paava tu singer jo vi ha from day one sade naal tu edda sada bhraava vangu reha with me is baki di khaas memory tu bhraava de naal reha as a bhra tere vich kadi nahi sikha vi main superstar reha we've always had this the way we've pata kiya hun mainu pata lag gaya sach bolda karke hun kuni nahi milaiye ne enu puch la enu sneha tere aunda hunda si ki nahi mere valon jadon to hold gaya si yes yes main sneha bahut vari bhejya listen ona main I was told un family ne vich bada We've missed you and we're glad you're back. Yeah. Love the new song. Edda hi hun sare gaane gune kar kari chal and I think people have missed you. Your fans have missed you. I hope so. Oh, bheja kitta? Bhejega. Hega?
Download it officially, watch it, support it, and a lot more coming from Mr. Fauji Gill. And we'd like to finish up on be loka diya jehdiya fama oh na suno. You've heard it live and direct, jo hoya. So please, love and respect, jio aur jeene do. And just before we go, once again, we want a big shout out to Mr. Apna Sada Chota Vijit Sabha. Paji. Full name? Sarbjit Chauhan. Tech sara sonda. Sarbjit Chauhan. At the Vine. At the Vine. Jodo khulli, aap aithe mehfil honi. So I hope you guys enjoyed the show. Paji, jada tusi chap shoes khate ho na bina lado. Ha. Sara papucha cha. Papucha cha. Chap me chap me chipi. Chap me chipi the. Chap me chipi. So. Ini lena ek kori yada bina tali ho yada tali ho. Well done. Thank you. Ashley Bhai. Sara Deepak waste. Kya baat hai? Kya baat hai? Sara cameraman. Look after yourself. Social distancing. Hopefully. ਸਾਰਾ ਕੁਝ ਠੀਕ ਹੋ ਜਾਣਾ ਹੈ ਰੱਬ ਦੇ ਉੱਤੇ ਰੱਖੋ ਥੋੜ੍ਹਾ ਜਿਹਾ ਭਰੋਸਾ ਥੋੜ੍ਹਾ ਜਿਹਾ ਭਰੋਸਾ ਰੱਖੋ ਐਵਰੀਥਿੰਗ ਵੀ ਕੰਟਰੋਲ ਸੋਸ਼ਲ ਡਿਸਟੈਂਸ ਰੱਖੋ ਲਿਸਨ ਟੂ ਐਵਰੀਬਡੀ ਐਂਡ ਹੋਪਫੁਲੀ ਆਲ ਟੁਗੇਦਰ ਵੀਲ ਬੀ ਓਵਰ ਇਟ ਟੁਗੇਦਰ ਦੈਨ ਵੀ ਕੈਨ ਪ੍ਰੋਗਰਾਮ ਕਰਕੇ ਆਪਾਂ ਫੌਜੀ ਦਾ ਅਖਾੜਾ ਲਵਾਉਣਾ ਉੱਥੇ ਡਨ ਡਨ ਪੱਕਾ ਡਨ ਪੈਸੇ ਆਪਾਂ ਇਹਨੂੰ ਦੇਣੇ ਨਹੀਂ ਡਨ ਬਾਏ ਬਾਏ ਜੈ ਰਾਮ ਜੀ ਕੀ ਚੱਕ ਹੁਣ